ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई कीती जावेगी। जज दा विचार। सत श्री अकाल जी, प्रोग्राम जज दा विचार प्राइम एशिया टीवी दे उपर वेख रहे हो। मैं हरमन थिंद ते मेरे नाल स्वर्ण सिंह टैणा। ताज़ी ताज़ी गरम गरम चाह पी के असी फिर तो आ गए। देखो जी, तुहाडा बहुत बहुत धन्यवाद, तुसी इहो जी पछाण दित्ती ते मेरे वल्लों भी सारे दर्शकां नूं प्यार भरी ते निघी सत श्री अकाल ते तुहानूं वी। सर, इह दसो चाह किवें दी सी? देखो जी, जे हुंदी तां ही दसदा भी किहो जी सी। आपां इह सच नहीं सी बोलणा। देखो, आपां बिलकुल सच ही बोलणा, ठीक है ना? ਇਹ ਠੀਕ ਹੈ। ਬਾਕੀ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਅਸੀਂ ਰੋਜ਼ ਦੀ ਤਰ੍ਹਾਂ ਆ ਗਏ ਹਾਂ ਜੀ ਗੱਲਾਂ ਬਾਤਾਂ ਕਰਨ ਦੇ ਲਈ। ਤੇ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਚੱਜ ਦਾ ਵਿਚਾਰ ਸਾਂਝਾ ਕਰੀਏ। ਬਿਲਕੁਲ, ਸਾਂਝਾ ਕਰੋ ਜੀ। ਜਿਹੜਾ ਮੈਂ ਚੱਜ ਦਾ ਵਿਚਾਰ ਲੈ ਕੇ ਆਈ ਹਾਂ ਨਾ, ਉਹ ਥੋੜ੍ਹਾ ਧਿਆਨ ਨਾਲ ਸੁਣਿਓ। ਬਿਲਕੁਲ ਠੀਕ ਹੈ। ਮਤਲਬ ਜੋ ਮੈਂ ਕਹਿਣਾ, ਮੈਂ ਨਹੀਂ ਚਾਹੁੰਦੀ ਕਿ ਆਪਾਂ ਸਾਰੇ ਉਹ ਕੰਮ ਕਰੀਏ। ਅੱਛਾ, ਠੀਕ ਹੈ। ਪਹਿਲੀ ਵਾਰ ਐਸਾ ਚੱਜ ਦਾ ਵਿਚਾਰ ਹੈ ਜਿਹੜਾ ਮੈਂ ਚਾਹੁੰਦੀ ਆਪਾਂ ਨਾ ਕਰੀਏ, ਹੈ ਨਾ? ਕਿਉਂਕਿ ਚੱਕਰ ਇਹ ਵੀ ਦੁਨੀਆ ਦੇ ਵਿੱਚ ਹਰੇਕ ਬੰਦਾ ਇਹ ਕਹਿੰਦਾ ਹੈ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ, ਮੇਰੇ ਕੋਲ ਬਹੁਤ ਸਾਰੇ ਕੰਮ ਨੇ। ਹਾਂ, ਮੇਰੇ ਕੋਲ ਬਹੁਤ ਸਾਰੇ ਰੁਝੇਵੇਂ ਨੇ, ਮੇਰੇ ਕੋਲ ਬਹੁਤ ਸਾਰੇ ਕੰਮ ਨੇ, ਮੇਰੇ ਕੋਲ ਟਾਈਮ ਹੀ ਨਹੀਂ ਹੈਗਾ, ਸਮਾਂ ਨਹੀਂ ਹੈਗਾ, ਹੈ ਨਾ? ਪਰ ਕਹਿੰਦੇ ਕਿ ਜਿਹਨਾਂ ਲੋਕਾਂ ਦੇ ਕੋਲ ਅਸਲ ਦੇ ਵਿੱਚ ਤਾਂ ਵੀ ਜ਼ਿੰਦਗੀ 'ਚ ਕੁਛ ਕਰਨ ਲਈ ਨਹੀਂ ਹੁੰਦਾ ਨਾ, ਉਹ ਦੂਸਰਿਆਂ ਦਾ ਜੀਣਾ ਦੁੱਭਰ ਕਰਦੇ ਨੇ। ਵਾਹ, ਇਹ ਗੱਲ ਸਹੀ ਹੈ। ਬਿਲਕੁਲ ਸਹੀ ਹੈ ਨਾ? ਬਿਲਕੁਲ ਦਰੁਸਤ ਗੱਲ ਹੈ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਦੇ ਆਪਣੇ ਘਰੇ ਕੀ ਚੱਲ ਰਿਹਾ ਜਾਂ ਉਹ ਆਪ ਕੀ ਕਰ ਰਹੇ ਨੇ, ਪਰ ਉਹਨਾਂ ਨੂੰ ਇਹ ਜ਼ਰੂਰ ਖਬਰ ਹੁੰਦੀ ਹੈ ਕਿ ਪੂਰੇ ਮਹੱਲੇ ਦੇ ਵਿੱਚ ਕੀ ਚੱਲ ਰਿਹਾ। ਦੇਖੋ, ਸਾਡੇ ਸਮਾਜ ਦੇ ਵਿੱਚ ਨਾ, ਹਾਂਜੀ, ਅਕਲੋਂ ਹੌਲੇ ਤੇ ਜੇਬੋਂ ਭਾਰੇ ਲੋਕ ਵੀ ਹੈਗੇ ਆ। ਬਿਲਕੁਲ। ਤੇ ਸਾਡੇ ਸਮਾਜ ਦੇ ਵਿੱਚ ਉਹ ਲੋਕ ਵੀ ਆ ਜਿਹੜੇ ਅਕਲ ਦੀ ਵਰਤੋਂ ਵੀ ਕਰਦੇ ਆ, ਹਾਂਜੀ, ਪੈਸੇ ਦੀ ਵਰਤੋਂ ਵੀ ਸਹੀ ਤਰੀਕੇ ਨਾਲ ਕਰਦੇ ਆ, ਸਮੇਂ ਦੀ ਵਰਤੋਂ ਵੀ ਸਹੀ ਤਰੀਕੇ ਨਾਲ ਕਰਦੇ ਆ। ਜਿਹੜੀ ਤੁਸੀਂ ਇਹ ਗੱਲ ਸਾਂਝੀ ਕੀਤੀ ਹੈ ਨਾ ਵਿਚਾਰ ਦੇ ਰੂਪ 'ਚ, ਇਹਦੇ ਤੋਂ ਮੈਨੂੰ ਇਹ ਜਾਪਦਾ ਵੀ ਜਿਹੜੇ ਲੋਕ ਵਿਹਲੜ ਨੇ, ਜਿਨ੍ਹਾਂ ਲੋਕਾਂ ਦੇ ਹੱਥ ਪੱਲੇ ਕੋਈ ਕੰਮ ਨਹੀਂ ਜਾਂ ਜਿਹੜੇ ਕੰਮ ਕਰਨਾ ਨਹੀਂ ਚਾਹੁੰਦੇ, ਕੰਮ ਚੋਰ ਨੇ, ਉਹਨਾਂ ਨੇ ਆਪਣੇ ਦਿਨ ਨੂੰ ਵੀ ਤਾਂ ਕਿਵੇਂ ਨਾ ਕਿਵੇਂ ਲੰਘਾਉਣਾ ਨਾ। ਬਿਲਕੁਲ ਸਹੀ। 24 ਘੰਟੇ ਹੁਣ ਮੰਜਾ ਤੋੜ ਕੇ ਤਾਂ ਕੱਢਿਆ ਨਹੀਂ ਜਾ ਸਕਦੇ ਵੀ ਮੰਜੇ 'ਤੇ ਪਾਸੇ ਮਾਰੀ ਜਾਓ, ਤੇ ਇਹ ਵੀ ਇੱਕ ਰੋਗ ਵਾਲੀ ਗੱਲ ਹੀ ਹੁੰਦੀ ਹੈ। ਤੁਸੀਂ ਮੰਜੇ ਦੇ ਨਾਲ ਬੱਝੇ ਰਹੋ। ਇਸ ਕਰਕੇ ਭਾਈ, ਕੰਮ ਤਾਂ ਜ਼ਰੂਰ ਕਰਨਾ ਚਾਹੀਦਾ ਜਿੰਨਾ ਵੀ ਆਉਂਦਾ। ਮੈਂ ਕਈ ਆਪਣੇ ਮਿੱਤਰਾਂ ਨੂੰ ਕਹਿਣਾ ਹੁੰਦਾ ਵੀ ਯਾਰ ਤੁਸੀਂ ਕੰਮ ਕਰਿਆ ਕਰੋ, ਉਹ ਕਹਿੰਦੇ ਆ ਵੀ ਇੰਨਾ ਪੜ੍ਹ ਲਿਖ ਗਏ ਹਾਂ ਤੇ ਹੁਣ ਅਸੀਂ 5,000 ਵਾਲਾ ਕੰਮ ਥੋੜ੍ਹੀ ਕਰ ਗਏ। ਮੈਂ ਕਹਿੰਦਾ ਹੁੰਦਾ ਵੀ 50,000 ਵਾਲਾ ਤੁਹਾਨੂੰ ਮਿਲੇ ਨਾ, 5 ਵਾਲਾ ਤੁਸੀਂ ਕਰੋ ਨਾ, ਤੇ ਫਿਰ ਫਾਇਦਾ ਕੀ। ਇੱਕ ਵਾਰੀ ਨਾ ਮੈਂ ਕਿਸੇ ਦੇ ਨਾਲ ਕਿਤੇ ਗਿਆ ਪੰਚਾਇਤ ਦੇ ਵਿੱਚ, ਉੱਥੇ ਮੀਆਂ ਬੀਵੀ ਦਾ ਝਗੜਾ ਸੀਗਾ ਆਪਸ ਦੇ ਵਿੱਚ। ਅੱਛਾ ਜੀ। ਉਹ ਕਹਿੰਦੀ ਜੀ ਮੈਂ ਤੁਹਾਡੇ ਬਾਰੇ ਸਾਰਾ ਕੁਛ ਜਾਣਦੀ ਹਾਂ, ਆਪਦੇ ਘਰ ਵਾਲੇ ਨੂੰ ਕਹਿੰਦੀ। ਅੱਛਾ। ਉਹ ਕਹਿੰਦਾ ਜਾਣੇਗੀ, 2.5-3 ਸਾਲ ਰਹਿ ਕੇ ਗਈ ਹਾਂ, ਮੇਰੇ ਬਾਰੇ ਨਾ ਜਾਣਦੀ ਹੋਵੇਗੀ, ਹੋਰ ਕੌਣ ਜਾਣੂ। ਕਹਿੰਦੀ ਮੈਂ ਤਾਂ ਇਹ ਵੀ ਜਾਣਦੀ ਹਾਂ ਵੀ ਤੁਹਾਡੇ ਘਰ ਦੇ ਵਿੱਚ ਸਬਜ਼ੀ ਕਿਹੜੀ ਕਿੰਨੇ ਵਜੇ ਬਣਦੀ ਆ, ਮੈਨੂੰ ਮੁਹੱਲੇ 'ਚੋਂ ਸਾਰੀਆਂ ਸੂਚਨਾਵਾਂ ਮਿਲ ਜਾਂਦੀਆਂ। ਉਹ ਕਹਿੰਦਾ ਫਿਰ ਜਿਹੋ ਜੀ ਵਿਹਲੜ ਤੂੰ ਤੇ ਉਹੋ ਜੀ ਵਿਹਲੜ ਸਾਡੇ ਮੁਹੱਲੇ 'ਚ ਕੋਈ ਹੋਰ ਹੋਊਗੀ, ਭੈਣ ਭਾਈ ਤੁਸੀਂ ਸਾਰੇ ਹੈਗੇ ਹੋ। ਇਸ ਕਰਕੇ ਮਤਲਬ ਇਹ ਆ ਵੀ ਘੁੰਮ ਫਿਰ ਕੇ ਗੱਲ ਉੱਥੇ ਆਉਂਦੀ ਆ, ਤੁਸੀਂ ਕਿਸੇ ਨਾਲ ਸੰਬੰਧ 'ਚ ਰਹਿੰਦੇ ਹੋ, ਤੁਹਾਡੀ ਕਿਸੇ ਨਾਲ ਬਣਦੀ ਆ, ਤੁਹਾਡੀ ਕਿਸੇ ਨਾਲ ਨਹੀਂ ਬਣਦੀ, ਪਰ ਵਕਤ ਨਾਲ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ ਹੈ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਸ਼ਬਦਾਂ ਤੇ ਕਾਬੂ ਰੱਖਣਾ ਚਾਹੀਦਾ ਤੇ ਹੱਥੀਂ ਕਿਰਤ ਕਰਨੀ ਚਾਹੀਦੀ। ਕੀ ਬਾਤ ਹੈ, ਵੈਰੀ ਨਾਈਸ। ਅੱਛਾ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਤੁਹਾਨੂੰ ਅੱਜ ਤੋਂ ਮਾਸਟਰ ਜੀ ਕਿਆ ਕਰਨਾ। ਕਿਉਂ? ਮੈਂ ਸਰ ਨਹੀਂ ਕਿਆ ਕਰਨਾ। ਉਹ ਕਿਉਂ? ਇੱਕ ਫੀਡਬੈਕ ਪਹੁੰਚੀ ਮੇਰੇ ਤਾਈਂ। ਅੱਛਾ, ਇੱਕ ਟਿੱਪਣੀ ਆਈ ਹੈ, ਇੱਕ ਪ੍ਰਤੀਕਰਮ ਆਇਆ। ਇੱਕ ਪ੍ਰਤੀਕਰਮ ਆਇਆ ਆਪਣੇ ਪ੍ਰੋਗਰਾਮ ਨੂੰ ਲੈ ਕੇ ਮੇਰੇ ਤਾਈਂ। ਉਹ ਕਹਿੰਦੇ ਵੀ ਦੇਖੋ ਬਹੁਤ ਵਧੀਆ ਲੱਗਦਾ ਚੱਜ ਦਾ ਵਿਚਾਰ ਪ੍ਰੋਗਰਾਮ, ਤੇ ਜੇ ਇਸ ਹਿਸਾਬ ਦੇ ਨਾਲ ਟੈਣਾ ਜੀ ਹਰਮਨ ਜੀ ਨੂੰ ਪੰਜਾਬੀ ਸਿਖਾਉਂਦੇ ਨੇ, ਇਹ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਹੈ ਨਾ? ਮਿਹਰਬਾਨੀ। ਪਰ ਜਦੋਂ ਹਰਮਨ ਜੀ ਤੁਹਾਨੂੰ ਬਾਰ ਬਾਰ ਸਰ ਕਹਿੰਦੇ ਨੇ, ਉਦੋਂ ਕਿਹਨੂੰ ਟੋਕਦੇ ਤੁਸੀਂ? ਸਰ ਦੀ ਪੰਜਾਬੀ ਤਾਂ ਪਰ ਸ਼੍ਰੀਮਾਨ ਜੀ ਬਣੋ ਨਾ। ਫਿਰ ਮੈਂ ਅੱਜ ਤਾਂ ਤੁਹਾਨੂੰ ਸ਼੍ਰੀਮਾਨ ਜੀ ਕਹਿ। ਨਹੀਂ, ਤੁਸੀਂ ਮੈਨੂੰ ਸ਼੍ਰੀਮਾਨ ਜੀ ਨਾ ਕਹੋ, ਮੈਂ ਉਹਨਾਂ ਨੂੰ ਬੇਨਤੀ ਕਰ ਲੈਣਾ ਕਿ ਇੰਨੀ ਕੁ ਆਗਿਆ ਦੇ ਦਿਓ ਹਰਮਨ ਜੀ ਨੂੰ, ਕਿਉਂਕਿ ਨਾ ਜੇ ਸ਼੍ਰੀਮਾਨ ਜੀ ਕਹਿਣਗੇ ਮੈਨੂੰ ਐਂ ਲੱਗੋ ਵੀ ਇਹ ਜਿਵੇਂ ਫੀਸ ਮਾਫੀ ਦੀ ਅਰਜ਼ੀ ਲਿਖਣ ਲੱਗੇ ਹੁੰਦੇ ਆ, ਕਿਉਂਕਿ ਅਸੀਂ ਲਿਖਦੇ ਰਹੇ ਹਾਂ ਸ਼੍ਰੀਮਾਨ ਜੀ ਅਸੀਂ ਘਰੋਂ ਪਰੇਸ਼ਾਨ ਹਾਂ ਜਾਂ ਸਾਡੇ ਘਰ ਦੇ ਵਿੱਚ ਆਰਥਿਕ ਵਸੀਲੇ ਘੱਟ ਹਨ, ਕਿਰਪਾ ਕਰਕੇ ਮੇਰੀ ਸਕੂਲ ਦੀ ਜਿਹੜੀ ਫੀਸ ਮਾਫ ਕੀਤੀ ਜਾਵੇ, ਸ਼੍ਰੀਮਾਨ ਜੀ ਮੈਂ ਬਿਮਾਰ ਹਾਂ ਕਿਰਪਾ ਕਰਕੇ ਮੈਨੂੰ ਛੁੱਟੀ ਦਿੱਤੀ ਜਾਵੇ, ਇਹ ਸ਼੍ਰੀਮਾਨ ਜੀ ਉਹ ਲੱਗੋ ਮੈਨੂੰ ਜਿਵੇਂ ਤੁਸੀਂ ਅਰਜ਼ੀਆਂ ਲਿਖਣ ਲੱਗ ਪਏ। ਸੋ ਇਸ ਕਰਕੇ ਸਰ ਵਾਲਾ ਜਾਂ ਸਵਰਨ ਵਾਲਾ ਇਹੋ ਜਿਹਾ ਆਪਾਂ ਰਾਹ ਚੁਣ ਲੈਂਦੇ ਹਾਂ, ਤੇ ਜਿਨ੍ਹਾਂ ਨੇ ਇਹ ਟਿੱਪਣੀ ਦਿੱਤੀ ਆ, ਪ੍ਰਤੀਕਿਰਿਆ ਦਿੱਤੀ ਆ, ਉਹਨਾਂ ਤੋਂ ਆਪਾਂ ਅਗਾਊਂ ਮਾਫੀ ਮੰਗ ਲੈਂਦੇ ਹਾਂ। ਬਿਲਕੁਲ ਸਹੀ ਗੱਲ ਹੈ। ਬਾਕੀ ਬਹੁਤ ਸਾਰਾ ਪਿਆਰ ਤੁਹਾਡੇ, ਬਹੁਤ ਸਾਰੇ ਮੈਸੇਜਸ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਦੇ ਨੇ ਤੇ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ ਤੁਹਾਡੇ। ਬਾਕੀ ਆਪਾਂ ਹੁਣ ਜਿਹੜੀ ਗੱਲ ਕਰਨੀ ਹੈ ਉਹਦੇ 'ਤੇ ਆਈਏ। ਜੀ ਜੀ, ਮੈਂ ਸੁਣਿਆ ਵੀ ਫਿਲਮ ਆ ਰਹੀ ਆ ਇੱਕ। ਹਰ ਹਫ਼ਤੇ ਆਉਂਦੀ ਆ, ਹਰ ਸ਼ੁੱਕਰਵਾਰ ਕਈ ਕਈ ਆਉਂਦੀਆਂ।
ਨਹੀਂ ਨਹੀਂ ਉਹ ਤਾਂ ਕਈ ਕਈ ਆਉਂਦੀਆਂ ਨੇ, ਕਈ ਕਈ ਜਾਂਦੀਆਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਨੇ ਜਿਨ੍ਹਾਂ ਦੇ ਬਾਰੇ ਸ਼ਾਇਦ ਸਾਰਿਆਂ ਨੂੰ ਪਤਾ ਨਾ ਹੋਵੇ। ਪਰ ਦੇਖੋ ਗੱਲ ਇਹ ਨਾ, ਫਿਲਮ ਕਿਹੜੀ ਚੱਲਦੀ ਆ ਪਹਿਲਾਂ ਤਾਂ ਇਹ ਸੋਚਣਾ ਬਣਦਾ। ਬਿਲਕੁਲ, ਫਿਲਮ ਉਹ ਚੱਲਦੀ ਆ ਜਿਹੜੀ ਪਰਿਵਾਰਕ ਹੋਵੇ। ਹਾਂਜੀ, ਦੇਖੋ ਤੁਸੀਂ ਉਸ ਫਿਲਮ ਨੂੰ, ਉਸ ਗੀਤ ਨੂੰ, ਉਸ ਸ਼ੋਅ ਨੂੰ ਕਦੇ ਵੀ ਕਾਮਯਾਬ ਨਹੀਂ ਮੰਨ ਸਕਦੇ ਜਿਹਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਨਾ ਜਾ ਸਕਣ। ਬਿਲਕੁਲ ਸਹੀ ਕਹਿ ਠੀਕ ਆ, ਜਿਹੜੇ ਮੁੰਡੇ ਖੁੰਡੇ ਹੁੰਦੇ ਆ ਨਾ, ਜਿਹੜੇ ਸਕੂਲਾਂ ਕਾਲਜਾਂ ਚੋਂ ਮੁੰਡੇ ਕੁੜੀਆਂ ਭੱਜ ਕੇ ਹਨੇਰੇ 'ਚ ਫਿਲਮ ਦੇਖਦੇ ਆ, ਉਹ ਫਿਲਮ ਨੂੰ ਬਹੁਤਾ ਕਾਮਯਾਬ ਨਹੀਂ ਕਰ ਸਕਦੇ। ਤੁਹਾਡੀ ਵਾਲੀ ਕਿਹੜੀ ਆ ਇਹ ਮੈਨੂੰ ਪਤਾ ਨਹੀਂ। ਹੁਣ ਇਹ ਤਾਂ ਐਕਚੁਅਲੀ ਪਤਾ ਕੀ ਗੱਲ ਆ, ਅਸਲ ਦੇ ਵਿੱਚ ਜਦੋਂ ਫਿਲਮ ਬਣ ਗਈ ਫੇਰ ਹੀ ਪਤਾ ਲੱਗੂਗਾ ਕਿ ਇਸ ਫਿਲਮ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੇਖ ਸਕਦੇ ਨੇ ਜਾਂ ਨਹੀਂ। ਅੱਛਾ, ਕਿਉਂਕਿ ਜੇ ਤਾਂ ਸਾਰਾ ਸੱਚ ਹੋਇਆ ਫਿਰ ਤਾਂ ਮੈਨੂੰ ਲੱਗਦਾ ਵੀ ਔਖਾ, ਫੇਰ ਨਹੀਂ ਦੇਖ ਸਕਦੇ। ਪਰ ਜੇ ਥੋੜਾ ਬਹੁਤ ਵਿੱਚ ਹੁਣ ਬਦਲਾਅ ਆਪਣੇ ਹਿਸਾਬ ਨਾਲ ਡਾਇਰੈਕਟਰ ਸਾਹਿਬ ਵੀ ਕਰਨਗੇ, ਜੇ ਉਹ ਬਦਲਾਅ ਹੋ ਜਾਣ ਤੇ ਫਿਰ ਹੋ ਸਕਦਾ ਵੀ ਸਾਰੇ ਵੇਖ ਲੈਣ। ਨਹੀਂ, ਫਿਲਮ ਕਿਹੜੀ ਆ, ਕੌਣ ਬਣਾ ਰਿਹਾ, ਕਦੋਂ ਬਣਾ ਰਿਹਾ ਤੇ ਕਿੱਥੇ ਬਣਾ ਰਿਹਾ? ਮੈਂ ਤਾਂ ਸੁਣਿਆ ਹੀ ਆ, ਬਾਕੀ ਵਿਸਥਾਰ ਸਹਿਤ ਵਿਆਖਿਆ ਤਾਂ ਆਪ ਜੀ ਨੇ ਕਰਨੀ ਹੈ। ਤੁਸੀਂ ਮੈਨੂੰ ਦੱਸੋ ਨਾ, ਫਿਰ ਮੈਂ ਸ਼ੁਰੂ ਹੋ ਜਾਣਾ। ਕਹਿੰਦੇ ਨੇ ਕਿ ਗੁਰਮੀਤ ਰਾਮ ਰਹੀਮ ਸਿੰਘ ਇਨਸਾ, ਸੌਰੀ ਮੈਂ ਪੂਰਾ ਨਾਮ ਨਹੀਂ ਫਿਲਮ ਉਹਦੀ ਗੱਲ ਕਰਦੇ ਜਿਹੜੀ ਹਨੀਪ੍ਰੀਤ ਦੀ ਬਣਨ ਲੱਗੀ ਆ। ਹਾਂ, ਉਹ ਰਾਖੀ ਸਾਵੰਤ ਵਾਲੀ। ਹਾਂ, ਦੇਖੋ ਗੱਲ ਇਹ ਆ ਵੀ ਫਿਲਮਾਂ ਤਾਂ ਜਿਹੜੀਆਂ ਨਾ ਬਾਇਓਪਿਕ ਫਿਲਮਾਂ ਜਿਹਨਾਂ ਨੂੰ ਅਸੀਂ ਕਹਿੰਦੇ ਆ, ਜਿਹੜੀਆਂ ਕਿਸੇ ਦੀ ਵਿਅਕਤੀਗਤ ਜ਼ਿੰਦਗੀ ਦੇ ਉੱਤੇ ਬਣਨ ਵਾਲੀਆਂ ਫਿਲਮਾਂ। ਮੈਰੀ ਕੌਮ ਬਣੀ, ਬੜੀ ਵਧੀਆ ਗੱਲ ਹੈ। ਮਹਿੰਦਰ ਸਿੰਘ ਧੋਨੀ ਤੇ ਬਣੀ, ਬਹੁਤ ਵਧੀਆ ਗੱਲ ਹੈ। ਮਿਲਖਾ ਸਿੰਘ ਦੇ ਉੱਤੇ ਬਣੀ ਬਾਗ ਮਿਲਖਾ ਬਾਗ, ਬਹੁਤ ਸੋਹਣੀ ਗੱਲ ਹੈ। ਹਾਂ, ਨੀਰਜਾ ਦੇ ਉੱਪਰ। ਹਾਂਜੀ ਬਿਲਕੁਲ ਬਣੀ ਉਸ ਕੁੜੀ ਦੇ ਉੱਤੇ। ਫਿਰ ਬਣੀ ਸਚਿਨ ਤੰਦੁਲਕਰ ਤੇ ਡਾਕੂਮੈਂਟਰੀ ਫਿਲਮ। ਫਿਰ ਜਿਹੜੀਆਂ ਉਹ ਹਰਿਆਣੇ ਦੀਆਂ ਕੁੜੀਆਂ ਫੁਗਾਟ ਪੈਣਾ, ਦੰਗਲ ਫਿਲਮ ਬਣੀ, ਉਹ ਬਹੁਤ ਵਧੀਆ ਗੱਲ ਹੈ। ਇਹ ਉਹ ਲੋਕ ਆ ਜਿਨ੍ਹਾਂ ਨੇ ਕੋਈ ਪ੍ਰਾਪਤੀ ਹਾਸਲ ਕੀਤੀ ਹੈ, ਜਿਨ੍ਹਾਂ ਦੀ ਕੋਈ ਦੇਣ ਆ। ਬਿਲਕੁਲ, ਹੁਣ ਗੁਰਮੀਤ ਰਾਮ ਦੀ ਕੀ ਦੇਣ, ਹਨੀਪ੍ਰੀਤ ਦੀ ਕੀ ਦੇਣ? ਗੁਰਮੀਤ ਰਾਮ ਦੀ ਦੇਣ ਹਨੀਪ੍ਰੀਤ ਹੈ ਵੀ, ਜਿਹੜਾ ਇੱਕ ਮੁੱਦਾ ਬਣ ਚੁੱਕਿਆ ਵੀ ਹਰੇਕ ਨੂੰ, ਅੱਛਾ ਮਤਲਬ ਏਦਾਂ ਏਡਾ ਵੱਡਾ ਮੁੱਦਾ ਉਹਨੂੰ ਬਣਾ ਦਿੱਤਾ ਗਿਆ ਕਿ ਹਰੇਕ ਬੰਦਾ ਸੋਚਦਾ ਯਾਰ ਹਨੀਪ੍ਰੀਤ ਕਿੱਥੇ ਹੈ, ਹਨਾ? ਜਦ ਕਿ ਉਹਦੇ ਲੱਭ ਜਾਣ ਨਾਲ ਮੈਨੂੰ ਨਹੀਂ ਲੱਗਦਾ ਕਿ ਆਮ ਲੋਕਾਂ ਨੂੰ ਕੋਈ ਫਾਇਦਾ ਹੋਣ ਵਾਲਾ। ਪੀਆਰਪੀ ਨਾ ਕੈਟਰੀਨਾ ਕੈਫ ਦੀ ਵੀ ਘਟਾਤੀ ਉਹਨੇ। ਬਿਲਕੁਲ ਸਹੀ, ਉਹ ਕੱਲ ਤਾਂ ਮੈਂ ਇੱਕ ਖਬਰੀ ਚੈਨਲ ਵੇਖ ਰਹੀ ਸੀ, ਕਹਿੰਦੇ ਵੀ ਦੇਖੋ ਜੀ ਮੈਡਮ ਜਿਹੜੀ ਹਨੀਪ੍ਰੀਤ ਹੈ ਉਹ ਕੈਟਰੀਨਾ ਕੈਫ ਦੇ ਗਾਣਿਆਂ ਤੇ ਡਾਂਸ ਕਰਕੇ ਤੇ ਆਪਣਾ ਭਾਰ ਘਟਾਉਂਦੀ ਸੀ, ਉਹ ਬਣਨਾ ਹੀ ਉਹਦੇ ਅਰਗੀ ਚਾਹੁੰਦੀ ਸੀ। ਚਲੋ ਤੁਹਾਡਾ ਭਲਾ ਹੋਵੇ। If you like this video, please subscribe the channel, like and share this video. ਜੱਜ ਦਾ ਵਿਚਾਰ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਹਰਮਨ ਜੀ ਫਿਲਮ ਦੇ ਬਾਰੇ, ਹੁਣ ਜਦੋਂ ਗੱਲ ਛੇੜੀ ਲਈ ਹੈ ਤਾਂ ਮੈਂ ਥੋੜਾ ਜਿਹਾ ਵਿਸਥਾਰ ਦੇ ਦਿੰਦਾ। ਜ਼ਰੂਰ ਜ਼ਰੂਰ। ਦੇਖੋ ਗੱਲ ਇਹ ਆ ਵੀ ਫਿਲਮ ਦਾ ਨਾਂ ਹੈਗਾ ਉਹ ਬੜਾ ਅਵੱਲਾ ਜਾ, ਅਬ ਹੋਗਾ ਇਨਸਾਫ। ਅੱਛਾ, ਅਬ ਹੋਗਾ ਇਨਸਾਫ ਫਿਲਮ ਦਾ ਨਾਂ। ਹਨੀਪ੍ਰੀਤ ਦਾ ਕਿਰਦਾਰ ਨਿਭਾਊਗੀ ਰਾਖੀ ਸਾਵੰਤ ਤੇ ਗੁਰਮੀਤ ਰਾਮ ਬਣੂਗਾ ਰਜ਼ਾ ਮੁਰਾਦ। ਰਜ਼ਾ ਮੁਰਾਦ ਵੈਸੇ ਇਹ ਵੀ ਚਾਹੁੰਦਾ ਕਿ ਮੈਂ ਨਾ ਇਹ ਰੋਲ ਕਰਾਂ, ਸ਼ਾਇਦ ਕੋਈ ਹੋਰ ਵੀ ਵਿੱਚ ਉਹਦੇ ਆ ਜਾਵੇ ਗੁਰਮੀਤ ਰਾਮ ਬਣਨ ਦੇ ਲਈ। ਪਰ ਇਸ ਫਿਲਮ ਦੇ ਜ਼ਰੀਏ ਬਾਲੀਵੁੱਡ ਆ ਨਾ ਜਿਹੜਾ ਉਹ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕਰ ਰਿਹਾ ਵੀ ਹੁਣ ਜਦੋਂ ਚਰਚਾ ਦੇ ਵਿੱਚ ਆ ਚਾਰੇ ਪਾਸੇ ਇਹ ਮਸਲਾ ਤਾਂ ਆਪਾਂ ਵੀ ਕੁਛ ਨਾ ਕੁਛ ਕਿਉਂ ਨਾ ਕਰ ਲਈਏ। ਵੈਸੇ ਜਿਹੜਾ ਬਾਲੀਵੁੱਡ ਆ ਨਾ ਭਾਵੇਂ ਕੋਈ ਗੰਦਾ ਕੰਮ ਹੋ ਜੇ ਭਾਵੇਂ ਚੰਗਾ ਹੋ ਜੇ ਉਹਨਾਂ ਨੇ ਤਾਂ ਇਹ ਦੇਖਣਾ ਹੁੰਦਾ ਵੀ ਚਰਚਾ ਦੇ ਵਿੱਚ ਕਿਵੇਂ ਆਪਾਂ ਉਹੋ ਜਿਹਾ ਕੰਮ ਕਰਦੇ ਹਾਂ, ਪੈਸਾ ਕਿਵੇਂ ਕਮਾ ਸਕਦੇ ਹਾਂ। ਰਾਖੀ ਸਾਵੰਤ ਜੇ ਉਦੋਂ ਮੀਕੇ ਵਾਲੇ ਮੌਕੇ ਕਰ ਲੈਂਦੀ ਇੱਕ ਫਿਲਮ ਤੇ ਉਦੋਂ ਵੀ ਉਹਦੀ ਬੜੀ ਪ੍ਰਸਿੱਧੀ ਹੋਈ ਸੀ ਫਿਲਮ, ਉਹ ਵੀ ਚੱਲ ਜਾਣੀ ਸੀ। ਹੁਣ ਰਾਖੀ ਸਾਵੰਤ ਆ ਜਿਹੜੀ, ਕਿਉਂਕਿ ਆਪਾਂ ਜਾਣਦੇ ਹਾਂ ਭਾਰਤ ਦੀਆਂ ਸਭ ਤੋਂ ਸ਼ਰੀਫ ਬੀਬੀਆਂ ਚੋਂ ਇੱਕ, ਸ਼ਰੀਫ ਮੇਰੀ ਪੁੱਠੇ ਸਿੱਧੇ ਕੌਮਿਆਂ ਦੇ ਵਿੱਚ ਹੈ ਗੱਲ। ਰਾਖੀ ਸਾਵੰਤ ਨੇ ਮੈਨੂੰ ਨਹੀਂ ਜਾਪਦਾ ਵੀ ਬੜਬੋਲੇਪਣ ਤੋਂ ਬਿਨਾਂ ਕੋਈ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ। ਨਹੀਂ, ਇੱਕ ਕਾਮਯਾਬੀ ਹਾਸਲ ਕੀਤੀ ਤੁਸੀਂ ਭੁੱਲ ਗਏ ਹੋ, ਉਹਨਾਂ ਨੇ ਇੱਕ ਆਪਣੀ ਪਾਰਟੀ ਬਣਾਈ ਸੀ ਪੋਲੀਟੀਕਲ ਜਿਹਦਾ ਚੋਣ ਨਿਸ਼ਾਨ ਮਿਰਚ ਸੀ। ਜੇ ਮੈਂ ਹੁਣ ਤਿੱਖੀ ਟਿੱਪਣੀ ਕਰਤੀ ਤਾਂ ਮਿਰਚ ਨੇ ਆਪਣਾ ਰੰਗ ਦਿਖਾ ਦੇਣਾ, ਇਸ ਕਰਕੇ ਮੈਂ ਨਾ ਹੁਣ ਸਿੱਧੀ ਉਸ ਫਿਲਮ ਵਾਲੀ ਗੱਲ ਤੇ ਆਉਂਦਾ। ਦੇਖੋ ਇਸ ਵਕਤ ਨਾ ਰਾਖੀ ਸਾਵੰਤ ਆ ਜਿਹੜੀ ਉਹ ਲੁਧਿਆਣੇ ਦੇ ਵਿੱਚ ਪੇਸ਼ੀ ਤੇ ਵੀ ਆਉਂਦੀ ਹੈ, ਕਿਉਂਕਿ ਭਗਵਾਨ ਵਾਲਮੀਕ ਦੀ ਤੁਲਨਾ ਉਹਨੇ ਮੀਕੇ ਦੇ ਨਾਲ ਕਰਤੀ ਸੀ। ਬਿਲਕੁਲ, ਉਹਨੇ ਗੱਲ, ਇਸ ਕਰਕੇ ਆਪਾਂ ਉਹਦੇ ਬਾਬਤ ਕਈ ਖਬਰਾਂ ਪੜ੍ਹੀਆਂ, ਯਾਨੀ ਕਿ ਮੀਕਾ ਉਹਦੇ ਜ਼ਿਹਨ ਦੇ ਵਿੱਚੋਂ ਨਿਕਲ ਨਹੀਂ ਰਿਹਾ। ਸਹੀ ਗੱਲ ਹੈ, ਕਿਤੇ ਵੀ ਟਿੱਪਣੀ ਕਰਨੀ ਹੋਵੇ, ਚਲੋ ਇਹ ਉਹਦੀ ਨਿੱਜੀ ਜ਼ਿੰਦਗੀ ਆ, ਉਹਨੇ ਕੀ ਕਰਨਾ ਕੀ ਨਹੀਂ ਕਰਨਾ, ਪਰ ਜਿਹੜੀਆਂ ਇਹ ਫਿਲਮਾਂ ਨੇ ਨਾ ਇਹਨਾਂ ਫਿਲਮਾਂ ਦੇ ਬਾਬਤ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਪਰਿਵਾਰਕ ਨਹੀਂ ਹੋ ਸਕਦੀਆਂ। ਜੇ ਤਾਂ ਸਾਰਾ ਕੁਝ ਸੱਚ ਬਿਆਨ ਕਰਤਾ ਫਿਰ ਗੁਫਾ ਵਾਲੇ ਸੀਨ ਕੱਟੇ ਜਾਣੇ ਆ, ਠੀਕ ਹੈ ਨਾ? ਤੇ ਜੇਕਰ ਉਹਨੇ ਝੂਠ ਬੋਲਿਆ ਵਿੱਚ ਉਹਦੇ ਮਸਾਲਾ ਲਾਇਆ, ਵੈਸੇ ਜੇ ਤੁਸੀਂ ਅਬ ਹੋਗਾ ਇਨਸਾਫ਼ ਦੀ ਗੱਲ ਕਰਦੇ ਹੋ ਤਾਂ 3 ਕੇਸ ਹੋਰ ਵੀ ਪਏ ਆ ਛਤਰਪਤੀ ਮਾਮਲੇ ਦੇ ਉੱਤੇ, ਅਦਾਲਤ ਨੇ ਫੈਸਲਾ ਸੁਣਾਉਣਾ, ਰਣਜੀਤ ਸਿੰਘ ਹੱਤਿਆਕਾਂਡ ਤੇ ਫੈਸਲਾ ਸੁਣਾਉਣਾ, ਸਾਧੂਆਂ ਨੂੰ ਨਪੁੰਸਕ ਕਰਨ ਦੇ ਮਾਮਲੇ ਤੇ ਫੈਸਲਾ ਸੁਣਾਉਣਾ, ਫਿਰ ਤੁਸੀਂ ਉਹਨਾਂ ਗੱਲਾਂ ਨੂੰ ਵੀ ਵਿੱਚ ਪਾਓ
अब होगा इंसाफ तो फिर ही बनूगा ना। हाँ मतलब अब होगा इंसाफ, मतलब कि या तो फिर वह जड़िया कुड़ियां जिन्हों के करके उन्होंने 20 साल की सज़ा हुई है ना, जिड़िया उसाद हुई उन्होंने लाइफ रिलेटेड उन्होंने किन्ना संघर्ष किया, कि प्रॉब्लम के निकलिया। वो फिर ना असल बॉलीवुड वाले इन्ने खुले रोशन दिमाग के घट होंगे, उन्होंने सिर्फ उन्नी क गल करनी होंगी जिन्होंने मसाला ला के वटत हो सके। बिल्कुल हरमन जी, नोटबंदी हो गई, नोटबंदी लंघ गई, नोटबंदी थोड़े पिंड च जां थोड़े आल दुआले च कोई एक पैसे दा फायदा होया होवे निरपक्ष तौर ते दसो। नुकसान ही होया, 2000 दियां पर्चियां ही नहीं लभदियां। ਉਹਦੇ ਲਈ 200 ਰੁਪਈਆ ਕੱਢਿਆ ਰਿਜ਼ਰਵ ਬੈਂਕ ਨੇ, ਉਹ ਹਾਲੇ ਲੋਕਾਂ ਦੇ ਹੱਥਾਂ ਤੱਕ ਪਹੁੰਚਣਾ। ਹਾਂ ਮੈਂ ਨਹੀਂ ਵੇਖਿਆ ਹਾਲੇ, ਠੀਕ ਆ ਮੈਂ ਵੀ ਨਹੀਂ ਦੇਖਿਆ। ਠੀਕ ਆ, ਪਰ ਨਾ ਜਿਹੜੀ ਨੋਟਬੰਦੀ ਦੀਆਂ ਗੱਲਾਂ, ਹਾਂਜੀ, ਉਹਦੇ ਬਾਬਤ ਹਾਲੇ ਵੀ ਇਹੋ ਜਿਹਾ ਜਿਵੇਂ ਨਾ ਅਸੀਂ ਦਹੀਂ ਦੇ ਵਿੱਚ ਮਧਾਣੀ ਪਾ ਕੇ ਤੇ ਉਹਨੂੰ ਰਿੜਕਦੇ ਹੁੰਦੇ ਆ, ਨੋਟਬੰਦੀ ਦਾ ਮਸਲਾ ਹਾਲੇ ਵੀ ਇਉਂ ਰਿੜਕਣ ਨੂੰ ਜੀ ਕਰਦਾ ਕਈ ਵਾਰ, ਕਿਉਂਕਿ ਲੋਕਾਂ ਨੂੰ ਫਾਇਦਾ ਹੋਇਆ ਨਹੀਂ, ਨੁਕਸਾਨ ਬਹੁਤ ਹੋਇਆ। ਤੇ ਮੋਦੀ ਸਾਹਿਬ ਜਿੱਥੇ ਵੀ ਜਾਂਦੇ ਆ, ਜਿਵੇਂ ਟਟੈਨਿਕ ਜਹਾਜ਼ ਦਾ ਹੀਰੋ ਨਹੀਂ ਬਾਹਾਂ ਖਿਲਾਰ ਲੈਂਦਾ ਹੁੰਦਾ ਪੋਜ਼ ਦੇਣ ਲੱਗਾ, ਮੋਦੀ ਸਾਹਿਬ ਬਾਹਾਂ ਖਿਲਾਰ ਲੈਂਦੇ ਆ ਤੇ ਕਹਿੰਦੇ ਬਾਈਓ ਔਰ ਬਹਿਨੋ ਨੋਟਬੰਦੀ ਸੇ ਕਾਲਾ ਧਨ ਬਾਹਰ ਆਇਆ। ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਕਾਲਾ ਧਨ ਬਾਹਰ ਆਇਆ। ਨੋਟਬੰਦੀ ਤੋਂ ਬਾਅਦ ਜਦੋਂ 2000 ਦੇ ਨੋਟ ਜਿਹੜੇ ਮਾਰਕੀਟ ਦੇ ਵਿੱਚ ਆਏ, ਹਾਲੇ ਉਹਨਾਂ ਨੂੰ ਆਇਆਂ ਨੂੰ ਮੈਨੂੰ ਲੱਗਾ ਮਹੀਨੇ ਤੋਂ ਉੱਤੇ ਵੀ ਨਹੀਂ ਸੀ ਹੋਇਆ ਕਿ ਨਕਲੀ ਨੋਟ ਜਿਹੜੇ 2000 ਦੇ ਉਹ ਪਹਿਲਾਂ ਛਪ ਕੇ ਤਿਆਰ ਸੀਗੇ, ਤੇ ਫਿਰ ਕਿਹੜਾ ਕਾਲਾ ਧਨ ਬਾਹਰ ਲਿਆਉਣ ਦੀਆਂ ਗੱਲਾਂ ਮੋਦੀ ਸਾਹਿਬ। ਪਰ ਫਿਰ ਵੀ ਨਾ ਬਹੁਤ ਸਾਰੇ ਲੋਕਾਂ ਦਾ ਜਿਹੜਾ ਧਨ ਆ, ਹਾਂਜੀ, ਉਹ ਬਰਬਾਦ ਹੋ ਗਿਆ, ਮਿੱਟੀ ਹੋ ਗਿਆ। ਬਿਲਕੁਲ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਉਹ ਖਤਮ ਹੋ ਗਈ। ਬਿਲਕੁਲ, 125 ਤੋਂ ਵੱਧ ਭਾਰਤ ਦੇ ਲੋਕਾਂ ਨੇ ਮੌਤ ਨੂੰ ਗਲ ਦੇ ਨਾਲ ਲਾ ਲਿਆ। ਉਸ ਵਕਤ ਮੰਨ ਲਓ ਕਿਸੇ ਨੇ ਆਪਣੇ ਧੀ ਪੁੱਤ ਦਾ ਵਿਆਹ ਕਰਨਾ, ਬੈਂਕ ਦੇ ਵਿੱਚੋਂ 2 ਲੱਖ 5 ਲੱਖ ਕਢਵਾ ਲਿਆ, ਰਾਤੋ ਰਾਤ ਨੋਟ ਬੰਦ ਹੋ ਗਏ, ਪੁਰਾਣੇ ਨੋਟ ਚੱਲਦੇ ਨਹੀਂ, ਨਵੇਂ ਨੋਟ ਮਿਲਦੇ ਨਹੀਂ, ਬੰਦਾ ਜਾਊ ਕਿੱਥੇ? ਬੈਂਕਾਂ ਦੇ ਵਿੱਚ ਲਾਈਨਾਂ ਲੱਗੀਆਂ ਸੀ ਵੀ ਤੁਹਾਡੀ ਤੀਜੇ ਦਿਨ ਵਾਰੀ ਆਉਂਦੀ ਹੈ, ਬੰਦਾ ਜਾਊ ਕਿੱਥੇ? ਇਸ ਕਰਕੇ ਮੋਦੀ ਸਾਹਿਬ ਨੇ ਕਦੇ ਨੋਟਬੰਦੀ ਦੇ ਨੁਕਸਾਨਾਂ ਦਾ ਜ਼ਿਕਰ ਨਹੀਂ ਕੀਤਾ। ਬਿਲਕੁਲ, ਮੈਂ ਤਾਂ ਇਹ ਸੋਚਦਾ ਵੀ ਮੋਦੀ ਸਾਹਿਬ ਤੀਜੇ ਕਿ ਦਿਨ ਕਿਸੇ ਨਾ ਕਿਸੇ ਨੂੰ ਕਹਿ ਦਿੰਦੇ ਆ ਇਹਨੂੰ ਅਸੀਂ ਸ਼ਹੀਦ ਮੰਨਦੇ ਹਾਂ, ਇਹ RSS ਦਾ ਆਗੂ ਇਹਨੂੰ ਅਸੀਂ ਸ਼ਹੀਦ ਮੰਨਾਂਗੇ, ਉਹ ਨੋਟਬੰਦੀ ਦੇ ਵਿੱਚ ਜਿਹੜੇ ਲੋਕ ਮਰ ਗਏ ਆ ਉਹ ਵੀ ਸ਼ਹੀਦ ਮੰਨ ਲਓ। ਉਹਨਾਂ ਦਾ ਕੀ ਹਿਸਾਬ ਕਿਤਾਬ ਤੁਸੀਂ? ਪਰ ਇੱਕ ਹੋਰ ਖਬਰ ਆਈ ਆ ਵੀ ਖੰਨੇ ਤੋਂ ਆ। ਅੱਛਾ ਜੀ, 68 ਲੱਖ ਰੁਪਈਏ ਦੀ ਜਿਹੜੀ ਪੁਰਾਣੀ ਕਰੰਸੀ ਆ, 500 ਤੇ 1000 ਦੇ ਨੋਟ ਪੁਲਿਸ ਦੇ ਵੱਲੋਂ ਫੜੇ ਗਏ ਆ, 4 ਬੰਦੇ ਵੀ ਕਾਬੂ ਕੀਤੇ ਗਏ। 68 ਲੱਖ? 68 ਲੱਖ ਰੁਪਈਆ, ਮਾਈ ਗੋਡ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਇਹ 68 ਲੱਖ ਰੁਪਈਆ ਨਾ, ਹਾਂਜੀ, ਇਹ ਹੁਣ 6800 ਵੀ ਨਹੀਂਗਾ, ਕਿਉਂਕਿ ਇਹ ਰੱਦੀ ਆ, ਕਦਰ ਹੀ ਨਹੀਂ ਆ, ਰੱਦੀ ਹੋ ਜਦੋਂ ਇਹ ਰੱਦੀ ਆ ਤਾਂ ਤੁਸੀਂ ਗੱਡੀ 'ਚ ਕਾਹਤੋਂ ਰੱਖੀ ਫਿਰਦੇ ਆ? ਇਹ ਪੈਸਾ ਕਿਵੇਂ ਆਇਆ, ਕਿੱਥੋਂ ਆਇਆ, ਕੀ ਤੋਂ ਲਿਆ, ਚਿੱਟਾ ਸੀ, ਕਾਲਾ ਸੀ, ਇਹ ਬਾਅਦ ਦੀਆਂ ਗੱਲਾਂ। ਪਰ ਉਹ ਲੋਕ ਕਿਹੋ ਜਿਹੇ ਜਿਹੜੇ ਹਾਲੇ ਵੀ ਇਹਨਾਂ ਨੋਟਾਂ ਨੂੰ ਨਾਲ ਚੱਕੀ ਫਿਰਦੇ ਨਹੀਂ, ਨਾਲੇ 68 ਲੱਖ ਦੀ ਕਰੰਸੀ ਕੋਈ ਐ ਨਹੀਂ ਵੀ ਬੰਦਾ ਲਪੇਟ ਕੇ ਜੇਬ ਚ ਪਾ ਲਵੇ, ਹਨਾ। ਅੱਜ ਕੱਲ ਦੇ ਟਾਈਮ ਤੇ ਚਲੋ 2000 ਦੇ ਨੋਟ ਬੈਂਕ ਚ ਪਾਏ ਸੀ, ਹਾਂਜੀ, ਤੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਉਹ ਨੋਟ ਜਿਹੜੇ ਉਹ ਸਾਂਭ ਕੇ ਵੀ ਰੱਖੇ ਹੋਣਗੇ, ਕਿਤੇ ਕਿਤੋਂ ਲੈ ਕੇ ਵੀ ਆਏ ਹੋਣਗੇ, ਤੇ ਇੰਨੀ ਭਾਰੀ ਮਾਤਰਾ। ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ ਵੀ ਇੰਨੀ ਭਾਰੀ ਮਾਤਰਾ ਦੇ ਨੋਟ ਆਏ ਕਿੱਥੋਂ? ਦੇਖੋ ਮੈਨੂੰ ਨਾ ਕਈ ਬੰਦੇ ਪੁੱਛਦੇ ਹੁੰਦੇ ਫੋਨ ਕਰਕੇ ਵੀ ਨੋਟਬੰਦੀ ਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਕਹਿੰਦਾ ਹੁੰਦਾ ਵੀ ਇੱਕ ਵਾਰੀ ਇੱਕ ਬੰਦੇ ਨੇ ਨਾ ਘਰੇ 1 ਕਿਲੋ ਕੁੱਕੜ ਲਿਆਂਦਾ, ਕਹਿੰਦਾ ਵੀ ਅੱਜ ਮੇਰੀ ਘਰ ਵਾਲੀ ਆ ਨਾ ਜਿਹੜੀ ਇਹਦੀ ਡਿਊਟੀ ਲਾਉਂਦੇ ਆ ਵੀ ਮੇਰੇ ਆਉਂਦੇ ਨੂੰ ਚਿਕਨ ਚੁਕਨ ਬਣਾਵੇ ਚੰਗੀ ਤਰ੍ਹਾਂ। ਉਹਨੇ ਘਰ ਵਾਲੀ ਨੂੰ ਕਿਹਾ ਵੀ ਭਾਗਵਾਨ ਨੇ ਅੱਜ ਮੇਰਾ ਮਨ ਬਹੁਤ ਖੁਸ਼ ਹੈ, ਤੂੰ ਬਣਾ ਕੁੱਕੜ ਤੇ ਮੈਂ ਬਾਹਰ ਜਾ ਕੇ ਘੰਟੇ ਕੁ ਬਾਅਦ ਆਉਣਾ ਦਾਰੂ ਦੂਰੂ ਪੀ ਕੇ ਕਿਤੋਂ। ਠੀਕ ਹੈ, ਲਓ ਜੀ ਜਦੋਂ ਉਹ ਘਰੇ ਆਇਆ ਉਹਨੂੰ ਕੀ ਪਤਾ ਸੀਗਾ ਵੀ ਮਗਰੋਂ ਸਵਾਦ ਸਵਾਦ ਦੇ ਮਸਲੇ 'ਚ ਸਾਰਾ ਚੱਕ ਦੂਗੀ। ਉਹ 10 ਮਿੰਟਾਂ ਬਾਅਦ 2 ਪੀਸ ਕੱਢਿਆ, ਘਰੇ ਖਾ ਲਵੇ, ਲੂਣ ਮਿਰਚ ਚੈੱਕ ਕਰਨੀ ਸਾਰਾ ਛੱਕ ਗਈ। ਓਹੋ, ਤੇ ਜਦੋਂ ਤੱਕ ਬੰਦਾ ਵਾਪਸ ਆਇਆ ਕਹਿੰਦਾ ਵੀ ਹਾਂ ਮੀਟ ਦਾ ਕਿਵੇਂ ਬਣਿਆ, ਚਿਕਨ ਕਿਵੇਂ ਬਣਿਆ, ਉਹ ਕਹਿੰਦੀ ਜੋ ਤਾਂ ਬਿੱਲੀ ਖਾ ਗਈ। ਉਹਨਾਂ ਦੇ ਘਰੇ ਇੱਕ ਬਿੱਲੀ ਵੀ ਸੀਗੀ, ਉਹਨੇ ਬਿੱਲੀ ਨੂੰ ਚੱਕਿਆ ਤਕੜੀ ਤੇ ਰੱਖ ਲਿਆ, ਬਿੱਲੀ ਪੂਰੇ 1 ਕਿਲੋ ਦੀ। ਉਹ ਕਹਿੰਦਾ ਭਾਗਵਾਨ ਨੇ ਜੇ ਤਾਂ ਇਹ ਬਿੱਲੀ ਆ ਤਾਂ ਚਿਕਨ ਕਿੱਥੇ ਆ, ਤੇ ਜੇ ਇਹ ਚਿਕਨ ਆ ਤਾਂ ਫਿਰ ਬਿੱਲੀ ਕਿੱਥੇ ਆ? ਤੇ ਮਤਲਬ ਇਹ ਹੋਇਆ ਵੀ ਜਿਹੜੀ ਨੋਟਬੰਦੀ ਹੈ ਨਾ ਉਹ ਵੀ ਇਹੀ ਹਾਲ ਆ। ਜੇ ਤਾਂ ਤਿਜੋਰੀਆਂ ਦੇ ਵਿੱਚ ਸਰਕਾਰ ਨੇ ਜਿਹੜਾ ਵਾਪਸ ਚਲਾ ਗਿਆ ਉਹ ਕਾਲਾ ਧਨ ਆ ਤਾਂ ਫਿਰ ਚਿੱਟਾ ਕਿੱਥੇ ਆ, ਤੇ ਜੇ ਇਹ ਚਿੱਟਾ ਧਨ ਆ ਤਾਂ ਫਿਰ ਕਾਲਾ ਕਿੱਥੇ ਆ? ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਜੱਜ ਦਾ ਵਿਚਾਰ ਤੁਸੀਂ ਵੇਖ ਰਹੇ ਹੋ ਜੀ, ਹਰਮਨ ਥਿੰਨ ਤੇ ਸਵਰਨ ਸਿੰਘ ਟਾਣਾ ਹੋਰਾਂ ਦੇ ਨਾਲ। ਅੱਛਾ ਸਰ, ਮੈਂ ਹੁਣ ਜਿਹੜੀ ਗੱਲ ਕਰਨੀ, ਸ਼੍ਰੀਮਾਨ ਜੀ
ਮੈਂ ਜਿਹੜੀ ਗੱਲ ਕਰਨੀ ਆ ਉਹ ਕੁਛ ਇਸ ਤਰ੍ਹਾਂ ਕਿ ਮੈਂ ਅੱਜ ਤੋਂ ਪਹਿਲਾਂ ਬਹੁਤ ਸਾਰੇ ਜਦੋਂ ਦਾ ਇਹ ਪ੍ਰੋਗਰਾਮ ਚੱਲ ਰਿਹਾ ਨਾ, ਬਹੁਤ ਸਾਰੇ ਸਰਵੇਸ ਦੀ, ਬਹੁਤ ਸਾਰੇ ਸਰਵੇ, ਚਲੋ ਕੋਈ ਨੀ ਆਪਾਂ ਇਹਨੂੰ ਕਰਦੇ ਸੂਤ, ਕਿਉਂਕਿ ਨਾ ਮੈਂ ਹੁਣ ਥੋੜਾ ਜਿਹਾ ਤੁਹਾਨੂੰ ਘੱਟ ਕਿਹਾ ਕਰਨਾ, ਕੋਈ ਬੰਦਾ ਐਂ ਨਾ ਨਾਰਾਜ਼ ਹੋ ਜਾਵੇ ਵੀ ਭਾਈ ਕੁੜੀ ਨੂੰ ਟੋਕੀ ਜਾਂਦਾ, ਨਹੀਂ ਨਹੀਂ ਕੋਈ ਚੱਕਰ ਨੀ, ਤੁਸੀਂ ਚੰਗੇ ਲਈ ਟੋਕਦੇ ਹੋ ਹੈ ਨਾ, ਇਸੇ ਬਹਾਨੇ ਮੈਨੂੰ ਸ਼ੁੱਧ ਪੰਜਾਬੀ ਕਿਵੇਂ ਉਚਾਰਨ ਕਰਨੀ ਹੈ ਉਹਦੇ ਬਾਰੇ ਚ ਪਤਾ ਲੱਗ ਰਿਹਾ। ਸੋ ਅੱਛਾ, ਮੈਂ ਜਿਹੜੀ ਗੱਲ ਕਰ ਸੀ ਵੀ ਅੱਜ ਤੱਕ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਰਵੇਸ, ਬਹੁਤ ਸਾਰੇ ਰਿਸਰਚਸ ਦੇ ਬਾਰੇ ਚ ਮੈਂ ਗੱਲ ਕਰਦੀ ਰਹੀ ਹਾਂ ਹੈ ਨਾ, ਪਰ ਇੱਦਾਂ ਦਾ ਸਰਵੇ ਮੈਂ ਪਹਿਲੀ ਵਾਰ ਪੜ੍ਹਿਆ, ਐਂਡ ਮੈਨੂੰ ਲੱਗਦਾ ਹੋਇਆ ਵੀ ਪਹਿਲੀ ਵਾਰੀ ਹੈ। ਅੱਛਾ, ਜੋ ਕਿ ਉਹ ਅਖਬਾਰ ਦਾਵਾ ਵੀ ਕਰਦੀ ਹੈ। ਅੱਛਾ, ਇੱਕ ਅਖਬਾਰ ਵਾਲਿਆਂ ਨੇ ਬਾਬਿਆਂ ਦੇ ਉੱਤੇ ਧਾਰਮਿਕਤਾ ਹੈਗੀ ਆ ਬਾਬਿਆਂ ਨੂੰ ਲੈ ਕੇ, ਉਹਦੇ ਬਾਰੇ ਚ ਸਾਰਾ ਸਰਵੇ। ਦੇਖੋ ਜਿਹੜੇ ਤਾਂ ਹੈਗੇ ਵਰਤਮਾਨ ਬਾਬੇ, ਹਾਂਜੀ ਉਹ ਤਾਂ ਅਖੌਤੀ ਆ, ਬਹੁ ਗਿਣਤੀ, ਬਿਲਕੁਲ। ਜਿਹੜੇ ਬਾਬੇ ਨਾਨਕ ਵਰਗੀਆਂ ਸ਼ਖਸੀਅਤਾਂ ਸੀ ਉਹਨਾਂ ਦੀ ਤਾਂ ਗੱਲ ਹੀ ਹੋਰ ਆ ਨਾ, ਬਿਲਕੁਲ। ਉਹਨਾਂ ਨੂੰ ਤਾਂ ਅਸੀਂ ਇਸ ਦਾਇਰੇ ਤੋਂ ਬਹੁਤ ਉੱਚਾ ਸੁੱਚਾ ਮਹਾਨ ਰੁਤਬਾ ਦਿੰਦੇ ਆ, ਕੋਈ ਤੁਲਨਾ ਨਹੀਂ। ਠੀਕ ਆ, ਜਿਹੜੇ ਹੋਣ ਵਾਲੇ ਆ, ਹਾਂਜੀ, ਇਹ ਤਾਂ ਜਿਹੜੇ ਬਾਬੇ ਬੂਬੇ ਆ ਨਾ, ਇਹ ਅਸਲ ਦੇ ਵਿੱਚ ਵਪਾਰੀ ਆ, ਬਿਲਕੁਲ। ਇਹ ਜੁਗਾੜ ਫਿੱਟ ਕਰਦੇ ਆ ਆਪਦਾ, ਬਿਲਕੁਲ ਠੀਕ ਕਹਿ ਰਹੇ ਹੋ। ਅੱਛਾ, ਅਖਬਾਰ ਵਾਲਿਆਂ ਨੇ ਕੁਛ 50,338 ਲੋਕਾਂ ਦੇ ਉੱਪਰ ਸਰਵੇ ਕੀਤਾ। ਅੱਛਾ, ਠੀਕ ਹੈ, ਜਿਹਦੇ ਵਿੱਚ ਕਿ ਉਹ ਕਹਿੰਦੇ ਕਿ 18% ਲੋਕਾਂ ਦਾ ਕਹਿਣਾ ਸੀ ਕਿ ਅਸੀਂ ਕਿਸੇ ਨਾ ਕਿਸੇ ਬਾਬੇ ਦੇ ਵਿੱਚ ਆਸਥਾ ਜਿਹੜੀ ਆ ਉਹ ਜ਼ਰੂਰ ਰੱਖਦੇ ਹਾਂ ਤੇ ਸਾਨੂੰ ਲੋੜ ਵੀ ਆ, ਠੀਕ ਹੈ। ਉਸ ਤੋਂ ਇਲਾਵਾ 23% ਲੋਕ ਜਿਹੜੇ ਸੀ ਉਹਨਾਂ ਦਾ ਕਹਿਣਾ ਸੀ ਵੀ ਨਹੀਂ, ਸਾਡੀ ਜਿਹੜੀ ਆਸਥਾ ਉਹ ਘਟੀ ਹੈ ਬਾਬਿਆਂ ਨੂੰ ਲੈ ਕੇ, ਹੈ ਨਾ, ਵੀ ਸਾਨੂੰ ਲੱਗਦਾ ਵੀ ਇਹ ਗਲਤ ਕਰ ਰਹੇ ਸੀ ਅਸੀਂ। ਉਸ ਤੋਂ ਬਾਅਦ 82% ਲੋਕ ਇਹੋ ਜਿਹੇ ਨੇ ਕਿ ਜੋ ਕਹਿੰਦੇ ਨੇ ਵੀ ਕੁਛ ਕਿੱਦਾਂ ਦੇ ਬਾਬਿਆਂ ਦਾ ਕਰਕੇ ਸਾਰੇ ਬਾਬੇ ਬਦਨਾਮ ਹੁੰਦੇ ਪਏ ਨੇ, ਜਿੱਦਾਂ ਇੱਕ ਮੱਛਲੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ, ਉੱਦਾਂ ਕਹਿੰਦੇ ਵੀ ਜੇ ਇੱਕ ਬਾਬਾ ਗਲਤ ਹੈ ਉਹਦੇ ਕਰਕੇ ਸਾਰੇ ਬਾਬੇ ਜਿਹੜੇ ਚੰਗੇ ਵੀ ਨੇ ਉਹ ਵੀ ਵਿੱਚ ਹੀ ਬਦਨਾਮ ਹੋ ਜਾਂਦੇ ਨੇ। ਦੇਖੋ ਹੁਣ ਇੱਕ ਤਾਂ ਗੱਲ ਇਹ ਆ ਵੀ ਆਪਾਂ ਪਰਸੈਂਟ ਨਹੀਂ ਕਹਿਣਾ, ਆਪਾਂ ਫੀਸ ਦੀ ਕਹਿਣਾ, ਫੀਸ ਦੀ 82% ਠੀਕ ਆ। ਇੱਕ ਮੱਛਲੀ ਨਹੀਂ ਕਹਿਣਾ, ਆਪਾਂ ਮੱਛੀ ਕਹਿਣਾ, ਮੱਛੀ ਕਹਿਣਾ, ਠੀਕ ਆ। ਤੇ ਜਿਹੜੀ ਗੱਲ ਦਾ ਜਵਾਬ ਆ ਉਹ ਹੈਗਾ ਵਿਸਥਾਰ ਦੇ ਵਿੱਚ, ਠੀਕ ਹੈ, ਜ਼ਰੂਰ ਦਿਓ ਕਹਿਰੀ ਕਹਿਰੀ ਗੱਲ ਦਾ ਜਵਾਬ ਦੇਣਾ, ਹਾਂਜੀ। ਪਰ ਮੈਂ ਚਾਹੁੰਦਾ ਵੀ ਆਪਾਂ ਪਹਿਲਾਂ ਨਿੱਕੀ ਜੀ ਮਧਰੀ ਜੀ ਬ੍ਰੇਕ ਲੈ ਲਈਏ, ਜ਼ਰੂਰ। ਹਾਂ, ਤੁਸੀਂ ਮੈਨੂੰ ਜਿਹੜੇ ਸਵਾਲ ਪੁੱਛੇ ਆ ਨਾ ਦੁਬਾਰਾ ਤੋਂ, ਨਹੀਂ ਨਹੀਂ ਮੈਂ ਉੱਥੋਂ ਕੰਮ ਕਰ ਲੈਣਾ ਸ਼ੁਰੂ, ਤੁਸੀਂ ਆਪਣੀ ਜ਼ਹਿਨ ਆਪਣੇ ਜ਼ਹਿਨ ਦੇ ਵਿੱਚ ਓਕੇ ਰਹੇ ਫੀਸ ਦੀ ਆ ਨਾ, ਜਿਹੜੀ ਫੀਸ ਦੀ ਉਹਦੇ ਮੁਤਾਬਕ ਜਿਹੜੀ ਗੱਲ ਕੀਤੀ ਆਪਾਂ ਉਹ ਇਹ ਆ ਕਿ ਇਹ ਗੱਲ ਸੱਚੀ ਆ ਵੀ ਜਦੋਂ ਇਹੋ ਜਿਹੇ ਡੇਰਿਆਂ ਬਾਰੇ ਇਹੋ ਜਿਹੇ ਬਾਬੇ ਬਾਬੀਆਂ ਦੇ ਬਾਰੇ ਰਿਪੋਰਟਾਂ ਆਉਂਦੀਆਂ, ਖਬਰਾਂ ਆਉਂਦੀਆਂ, ਵਿਵਾਦ ਬਣਦੇ ਆ, ਉਸ ਤੋਂ ਬਾਅਦ ਲੋਕਾਂ ਦੀ ਮਾਨਸਿਕਤਾ ਇੱਕ ਵਾਰੀ ਤਾਂ ਝੰਜੋੜੀ ਜਾਂਦੀ ਆ, ਭਾਵੇਂ ਉਹ ਘੱਟ ਝੰਜੋੜੀ ਜਾਵੇ ਭਾਵੇਂ ਵੱਧ ਆ। ਪਤਾ ਕੀ ਗੱਲ ਹੈ ਸਰ, ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਨੇ ਹੁਣ ਜਿਹੜੇ ਕਿਸੇ ਵੀ ਬਾਬੇ ਦੀ ਤੁਸੀਂ ਗੱਲ ਕਰ ਲਓ, ਮੈਂ ਕਿਸੇ ਇੱਕ ਦੀ ਨਹੀਂ ਕਰ ਰਹੀ, ਕਿਸੇ ਵੀ ਇੱਕ ਬਾਬੇ ਦੀ ਗੱਲ ਕਰ ਲਓ, ਉਹਨੂੰ ਲੈ ਕੇ ਜਦੋਂ ਕੋਈ ਨਕਾਰਾਤਮਕ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਜਿਹੜੇ ਲੋਕਾਂ ਦੀ ਆਸਥਾ ਉਹਦੇ ਨਾਲ ਜੁੜੀ ਹੁੰਦੀ ਹੈ, ਜਿਹੜੇ ਲੋਕੀ ਵਾਕਈ ਵਿਸ਼ਵਾਸ ਕਰਦੇ ਨੇ ਉਹਨਾਂ ਬਾਬਿਆਂ ਦੇ ਵਿੱਚ, ਉਹ ਵਾਕਈ ਕਿਤੇ ਨਾ ਕਿਤੇ ਝੰਜੋੜੇ ਜਾਂਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਠੱਗੇ ਗਏ ਆ ਕਿ ਸਹੀ ਆ। ਦੇਖੋ ਹੁਣ ਪੰਜਾਬ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਕਾਂਡ ਤੋਂ ਬਾਅਦ, ਹਾਂਜੀ, ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਪ੍ਰੇਮੀ ਆ ਜਿਨ੍ਹਾਂ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਸਿੱਖੀ ਦੇ ਵਿੱਚ ਵਾਪਸੀ ਕੀਤੀ ਹੈ, ਬਿਲਕੁਲ ਸਹੀ। ਕਈ ਖਬਰਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੇ ਆਪਣੇ ਗਲਾਂ ਦੇ ਲੋਕਟ ਲਾਤੀ ਏਕਿਆਂ ਵਾਲੇ, ਹਾਂਜੀ, ਕਈਆਂ ਦੀਆਂ ਇਹੋ ਜਿਹੀਆਂ ਖਬਰਾਂ ਆਈਆਂ ਬਈ ਨਹਿਰ ਦੇ ਵਿੱਚੋਂ ਸੂਏ ਦੇ ਵਿੱਚੋਂ ਉਹਨਾਂ ਦੀਆਂ ਫੋਟੋਆਂ ਮਿਲੀਆਂ ਗੁਰਮੀਤ ਰਾਮ ਦੀਆਂ ਜਾਂ ਉਹਨਾਂ ਦੇ ਹੋਰ ਜਿਹੜੇ ਬਾਬੇ ਬੂਬੇ ਸੀਗੇ ਉਹਨਾਂ ਦੀਆਂ। ਸੋ ਇਸ ਕਰਕੇ ਲੋਕਾਂ ਦੇ ਮਨਾਂ ਦੇ ਉੱਤੇ ਘੱਟ ਜਾਂ ਵੱਧ ਅਸਰ ਤਾਂ ਹੁੰਦਾ, ਇਹ ਤਾਂ ਗੱਲ ਮੰਨਣੀ ਪੈਣੀ ਆ। ਆ ਜਿਹੜੇ ਰਾਹ ਦੇ ਨਾਲ ਲੋਕ ਜੁੜੇ ਆ ਉਹਨਾਂ ਦੇ ਮਨਾਂ ਤੇ ਵੀ ਸੱਟ ਵੱਜੀ ਆ, ਜਿਹੜੇ ਉਹ ਆਸਾ ਰਾਮ ਦੇ ਨਾਲ ਜੁੜੇ ਆ ਉਹਨਾਂ ਦੇ ਮਨਾਂ ਤੇ ਵੀ ਸੱਟ ਵੱਜੀ ਆ, ਨਰਾਇਣ ਸਾਈ ਨੂੰ ਵੀ ਕਈ ਬਾਬਾ ਮੰਨਦੇ ਸੀ ਉਹਨਾਂ ਦੇ ਵੀ, ਰਾਮਪਾਲ ਨੂੰ, ਨਿਰਮਲ ਨੂੰ ਬਾਬਾ ਮੰਨਣ ਵਾਲੇ ਲੋਕ ਆ ਜਿਹੜੇ ਉਹ ਇੱਕਦਮ ਘੱਟ ਗਏ ਸੀ। ਲੋਕ ਆ ਨਾ ਜਿਹੜੇ ਸਾਡੇ ਉਹ ਕਈ ਕਾਰਨਾਂ ਕਰਕੇ ਡੇਰਿਆਂ ਨਾਲ ਇਹਨਾਂ ਬਾਬਿਆਂ ਨਾਲ ਜੁੜਦੇ ਆ। ਆਪਾਂ ਆਪਣੇ ਅੱਗੇ ਵੀ ਗੱਲ ਕੀਤੀ ਸੀ ਸਮਾਜਿਕ ਕਾਰਨ, ਮਾਨਸਿਕ ਕਾਰਨ, ਆਰਥਿਕ ਕਾਰਨ, ਬਿਲਕੁਲ ਇਹ ਤਿੰਨ ਕਾਰਨ ਨੇ ਜਿਹੜੇ ਉਹ ਡੇਰਿਆਂ ਦੇ ਬਾਬਿਆਂ ਦੇ ਪੈਦਾ ਹੋਣ ਦਾ ਸਭ ਤੋਂ ਵੱਡਾ ਰੋਲ ਕਿਰਦਾਰ ਆ ਜਿਹੜਾ ਉਹ ਅਦਾ ਕਰਦੇ ਆ। ਸੋ ਮੈਂ ਤਾਂ ਇਹ ਸੋਚਦਾ ਕਿ ਜ਼ਿੰਦਗੀ ਜੇਕਰ ਤਰਕ ਦੀ ਹਾਨੀ ਹੋਵੇ ਨਾ ਤਾਂ ਸਾਨੂੰ ਇਹਨਾਂ ਲੋਕਾਂ ਦੀ ਲੋੜ ਨਹੀਂ ਪੈਂਦੀ, ਬਿਲਕੁਲ ਸਹੀ। ਸਾਡੇ ਕੀਤੇ ਹੋਏ ਕੰਮਾਂ ਨਾਲ, ਸਾਡੀ ਕਿਰਤ ਦੇ ਨਾਲ ਇਹ ਡੇਰੇ ਪਲਦੇ ਆ, ਇਹ ਡੇਰੇ ਚੱਲਦੇ ਆ, ਬਿਲਕੁਲ। ਅਸੀਂ ਆਪ ਕੰਮ ਕਰਕੇ ਕਹੀ ਜਾਂਦੇ ਹਾਂ ਵੀ ਸਾਡੀ ਇਹਦੇ ਵਿੱਚ ਕੋਈ ਮਿਹਨਤ ਦਾ ਮੁੱਲ ਨੀਗਾ, ਇਹ ਬਾਬੇ ਦੀ ਕਿਰਪਾ, ਬਿਲਕੁਲ, ਇਹ ਪਿਤਾ ਜੀ ਦੀ ਕਾਹਦੀ ਕਿਰਪਾ, ਪਿਤਾ ਜੀ ਝੋਨਾ ਲਾਉਂਦਾ ਸੀ, ਠੀਕ ਹੈ ਨਾ, ਪਿਤਾ ਜੀ ਨੇ ਕਦੇ ਕੱਦੂ ਕੀਤਾ ਵਾਹਣ ਦੇ ਵਿੱਚ, ਅਸੀਂ ਤਾਂ ਉੱਥੇ ਸਾਰਾ ਕੰਮ ਕਰਕੇ ਜਾਂਦੇ ਸੀਗੇ, ਬਿਲਕੁਲ। ਇਸ ਕਰਕੇ ਨਾ ਮੈਂ ਸੋਚਦਾ ਕਿ ਲੋਕਾਂ ਦੀ ਮਾਨਸਿਕਤਾ ਜਿਹੜੀ ਉਹ ਹੌਲੀ ਹੌਲੀ ਬਦਲੂਗੀ,
ਤੁਸੀਂ ਇੱਕਦਮ ਨਹੀਂ ਇਹ ਕੋਈ ਚਮਤਕਾਰ ਦੀ ਆਸ ਕਰ ਸਕਦੇ ਵੀ ਲੋਕ ਆ ਜਿਹੜੇ ਹੁਣ ਇਹ ਖਬਰਾਂ ਤੋਂ ਬਾਅਦ ਫਿਰ ਬਹੁਤ ਵਧੀਆ ਤਰੀਕੇ ਨਾਲ ਜ਼ਿੰਦਗੀ ਬਸਰ ਕਰਨਗੇ। ਬਿਲਕੁਲ ਸਹੀ ਕਹਿ ਰਹੇ ਹੋ, ਪਰ ਮੈਂ ਨਾ ਇੱਕ ਇੱਕ ਜਿਹੜੀ ਉਸ ਸਰਵੇ ਦੇ ਵਿੱਚ ਇੱਕ ਜਿਹੜੀ ਫੀਸਦੀ ਸਾਹਮਣੇ ਆਈ ਉਹਨੂੰ ਲੈ ਕੇ ਬੜੀ ਹੈਰਾਨ ਹੋਈ ਹਾਂ। ਆਮ ਤੌਰ 'ਤੇ ਇਹ ਕਿਹਾ ਜਾਂਦਾ ਵੀ ਸਭ ਤੋਂ ਵੱਧ ਬੀਬੀਆਂ ਦਾ ਰੁਝਾਨ ਹੁੰਦਾ ਡੇਰਿਆਂ ਵੱਲ ਨੂੰ, ਬੀਬੀਆਂ ਸਭ ਤੋਂ ਵੱਧ ਬਾਬਿਆਂ ਨੂੰ ਮੰਨਦੀਆਂ ਨੇ ਅਤੇ ਫਿਰ ਉਹ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਉੱਥੇ ਲੈ ਕੇ ਜਾਂਦੀਆਂ ਨੇ, ਹੈ ਨਾ। ਪਰ ਇਸ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ, ਕਹਿੰਦੇ ਕਿ ਜੇ ਔਰਤਾਂ ਦੀ ਗੱਲ ਕਰੀਏ ਸਿਰਫ 13% 13% ਔਰਤਾਂ ਜਿਹੜੀਆਂ ਨੇ ਉਹਨਾਂ ਦਾ ਬਾਬਿਆਂ ਵਿੱਚ ਰੁਝਾਨ ਹੈ, ਜਦਕਿ 19% 19% ਜਿਹੜੇ ਬੰਦੇ ਨੇ ਪੁਰਸ਼ ਨੇ ਉਹਨਾਂ ਦਾ ਰੁਝਾਨ ਹੈ। ਦੇਖੋ ਗੱਲ ਇਹ ਆ ਵੀ ਭਾਰਤ ਦੀ ਆਬਾਦੀ ਹੈਗੀ ਹੈ 125 ਕਰੋੜ ਤੋਂ ਵੱਧ ਦੀ, ਤੇ 125 ਕਰੋੜ ਦੇ ਵਿੱਚੋਂ ਜੇਕਰ ਅਸੀਂ 56-57 ਹਜ਼ਾਰ ਬੰਦੇ ਤੇ ਸਰਵੇ ਕੀਤਾ, ਇਸ ਸਰਵੇ ਨੂੰ ਅਸੀਂ ਮੁਕੰਮਲ ਨਹੀਂ ਮੰਨ ਸਕਦੇ। ਇਹ ਬਹੁਤ ਥੋੜੇ ਲੋਕਾਂ ਦੇ ਉੱਤੇ ਕੀਤਾ ਗਿਆ ਸਰਵੇ ਆ। ਕਿਸੇ ਪਿੰਡ ਦੇ ਵਿੱਚ ਕਿਸੇ ਇੱਕ ਬਾਬੇ ਨਾਲ ਲੋਕ ਜੁੜੇ ਹੋ ਸਕਦੇ ਆ, ਕਿਸੇ ਇੱਕ ਜ਼ਿਲ੍ਹੇ ਦੇ ਵਿੱਚ ਕਿਸੇ ਇੱਕ ਖਾਸ ਸ਼ਰਧਾ ਆਸਥਾ ਦੀ ਗੱਲ ਹੋ ਸਕਦੀ ਹੈ। ਇਹਦੇ ਲਈ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਰੋੜਾਂ ਲੋਕਾਂ ਦੇ ਉੱਤੇ ਸਰਵੇ ਚਾਹੀਦਾ, ਪਰ ਮਰਦ ਔਰਤਾਂ ਇਸ ਮਾਮਲੇ ਦੇ ਵਿੱਚ ਤਕਰੀਬਨ ਸਾਰੇ ਇੱਕੋ ਜਿਹੇ ਆ। ਜਦੋਂ ਤੁਹਾਡੀ ਆਰਥਿਕਤਾ ਮੰਦੀ ਹੁੰਦੀ ਹੈ, ਤੁਸੀਂ ਮਾਨਸਿਕ ਪਰੇਸ਼ਾਨੀਆਂ ਵਿੱਚ ਘਿਰੇ ਹੁੰਦੇ ਆ, ਕਲੇਸ਼ਾਂ ਤੋਂ ਤੁਹਾਡੀ ਦੂਰੀ ਨਹੀਂ ਬਣਦੀ, ਫਿਰ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਉਹ ਕਿਤੇ ਨਾ ਕਿਤੇ ਹੱਥ ਪੈਰ ਮਾਰਦਾ। ਹੁਣ ਮੈਂ ਕਈ ਬੰਦੇ ਵੇਖੇ, ਮੇਰੇ ਜਾਣੂ ਵੀ ਸੀਗੇ ਕਈ ਦੂਰੋਂ ਨੇੜਿਓਂ, ਉਹ ਕਹਿੰਦੇ ਵੀ ਸਾਡਾ ਮੁੰਡਾ ਜਿਹੜਾ ਫਲਾਣੇ ਰੋਗ ਤੋਂ ਪੀੜਤਾ, ਦਵਾਈਆਂ ਲਈਆਂ ਪਰ ਹੁਣ ਅਸੀਂ ਥੌਲਾ ਪਵਾਉਣ ਲੱਗ ਗਏ ਹਾਂ, ਹੁਣ ਅਸੀਂ ਫਲਾਣੀ ਥਾਂ ਦੇ ਉੱਤੇ ਜਾ ਕੇ ਬਾਬੇ ਤੋਂ ਇੱਕ ਭੂਤ ਕਢਾਉਣ ਲੱਗੇ ਹਾਂ। ਹੁਣ ਜੋ ਇਹ ਜਿਹੜੀਆਂ ਮਾਨਸਿਕ ਪਰੇਸ਼ਾਨੀਆਂ ਨਾ, ਇਹ ਬੰਦੇ ਨੂੰ ਜਦੋਂ ਤੋੜਦੀਆਂ ਤਾਂ ਫਿਰ ਉਹ ਕਿਸੇ ਨਾ ਕਿਸੇ ਦੇ ਲੜ ਲੱਗ ਜਾਂਦਾ। ਬਿਲਕੁਲ ਸਹੀ ਹਾਜ਼ਰ ਹੈ ਜੱਜ ਦਾ ਵਿਚਾਰ। If you like this video, please subscribe the channel, like and share this video. ਜੱਜ ਦਾ ਵਿਚਾਰ ਅੱਜ ਫੇਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇੱਕ ਨਿੱਜੀ ਸਵਾਲ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਵੀ ਇਹ ਰੋਜ਼ ਨਿੱਜੀ ਸਵਾਲ ਕਰ ਕਰਕੇ ਤੁਹਾਡੇ ਵਿਅਕਤੀਗਤ ਦੀਆਂ ਕਈ ਸਾਰੀਆਂ ਗੱਲਾਂ ਮੈਂ ਸਾਹਮਣੇ ਰੱਖ। ਦੇਖੋ ਗੱਲ ਇਹ ਆ ਵੀ ਮੇਰਾ ਵਿਅਕਤੀਤਵ ਹੈ ਨਾ ਜਿਹੜਾ, ਹਾਂਜੀ, ਉਹ ਬਾਹਲਾ ਲੁਕਿਆ ਛੁਪਿਆ ਨੀਗਾ। ਬਿਲਕੁਲ ਠੀਕ ਆ, ਪਰ ਮੈਂ ਜਵਾਬ ਦੇਣ ਵਾਲੀ ਗੱਲ ਦਾ ਜਵਾਬ ਦੇਊਂਗਾ। ਆ ਨਹੀਂ ਤਾਂ ਕੋਈ ਮੇਰੇ ਵੱਲੋਂ ਤਾਂ ਜਵਾਬ ਹੀ ਆ। ਅੱਛਾ ਤੁਸੀਂ ਮੈਨੂੰ ਐਂ ਦੱਸੋ ਕਿ ਆਪਾਂ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਲੋਕ ਆ, ਹੈ ਨਾ, ਅਤੇ ਪਿੰਡਾਂ 'ਚ ਇਹ ਆਮ ਹੀ ਹੁੰਦਾ ਕਿ ਜਿਹੜੇ ਜਦੋਂ ਨਿੱਕੇ ਨਿੱਕੇ ਜਵਾਕ ਹੁੰਦੇ ਨੇ ਉਹਨਾਂ ਨੂੰ ਕੱਚਾ ਦੁੱਧ ਪਿਆਇਆ ਜਾਂਦਾ, ਕਦੀ ਧਾਰਾਂ ਮੂੰਹ 'ਚ ਪਾਈਆਂ। ਮੈਂ ਪੀਂਦਾ ਰਿਹਾ, ਹੈ ਨਾ, ਸਾਰਿਆਂ ਨੇ ਪੀਤਾ, ਹੈ ਨਾ, ਧਾਰਾਂ ਮੂੰਹ 'ਚ ਪਾ। ਮੇਰੀ ਨਾਨੀ ਨੇ ਧਾਰਾਂ ਚੋਣੀਆਂ, ਹਾਂਜੀ, ਅਤੇ ਮੈਨੂੰ ਕਹਿਣਾ ਵੀ ਛੇਤੀ ਛੇਤੀ ਆ ਜਾ। ਹਾਂ, ਮੈਂ ਗਲੀ 'ਚੋਂ ਗੁਆਂਢ 'ਚੋਂ ਭੱਜੇ ਆਉਣਾ, ਭੂਤ ਵਰਗੇ ਬਣੇ ਹੁੰਦੇ ਸੀ ਖੇਡ ਖੇਡ ਕੇ, ਅਤੇ ਮੈਨੂੰ ਨਾਲ ਦੀ ਨਾਲ ਉਹਨੇ ਕਹਿਣਾ ਵੀ ਜਾ ਆਪਣੀ ਸਵਾਤ ਦੇ ਵਿੱਚੋਂ ਗਲਾਸ ਚੱਕ ਲਿਆ। ਅੱਛਾ, ਤੇ ਉਹਨਾਂ ਨੇ ਮੈਨੂੰ ਕੋਸਾ ਕੋਸਾ ਦੁੱਧ ਹੁੰਦਾ ਜਿਹੜਾ ਤਾਜ਼ਾ ਤਾਜ਼ਾ ਚੋਇਆ, ਉਹ ਪਿਆਉਣਾ। ਅੱਛਾ, ਉਹਦਾ ਦੁੱਧ ਤਾਂ ਮੈਂ ਵੀ ਉਹ ਦੁੱਧ ਪੀਤਾ, ਐਂਡ ਉਹਦਾ ਸਵਾਦ ਜਿਹੜਾ ਉਹ ਵਾਕਈ ਵੱਖਰਾ ਹੁੰਦਾ। ਉਹਦੇ ਵਿੱਚ ਪਤਾ ਨਹੀਂ ਪਰਮਾਤਮਾ ਵੱਲੋਂ, ਕੁਦਰਤ ਵੱਲੋਂ ਹੀ ਉਹਦੇ 'ਚ ਮਿੱਠਾ ਜਿਹੜਾ ਉਹ ਪਾਇਆ ਹੁੰਦਾ, ਹੈ ਨਾ, ਕਦੇ ਵੀ ਉਹ ਫਿੱਕਾ ਨਹੀਂ ਲੱਗਦਾ ਪੀਣ ਨੂੰ। ਪਰ ਆਪਾਂ ਕਦੋਂ ਤੋਂ, ਕਿੰਨੇ ਸਾਲਾਂ ਤੋਂ, ਆਪਣੀਆਂ ਪੀੜ੍ਹੀਆਂ ਵੀ ਕਿੰਨੇ ਸਾਲਾਂ ਤੋਂ ਇਹ ਦੁੱਧ ਪੀਂਦੀਆਂ ਆਈਆਂ ਨੇ, ਹੈ ਨਾ, ਪਰ ਹੁਣ ਜਾ ਕੇ ਵਿਗਿਆਨੀਆਂ ਨੇ ਕੁਛ ਹੋਰ ਹੀ ਕਹਿਤਾ ਕੱਚੇ ਦੁੱਧ ਬਾਰੇ। ਕੋਈ ਔਖੀ ਜਿਹੀ ਗੱਲ ਕਹੀ ਹੋਣੀ ਇਹਨਾਂ ਨੇ, ਮੈਨੂੰ ਲੱਗਦਾ ਸੱਚੀ ਸੱਚੀ ਕਹਿ ਰਹੀ ਹਾਂ। ਕਹਿੰਦੇ ਵੀ ਕੱਚਾ ਦੁੱਧ ਪੀਣਾ ਨਹੀਂ ਚਾਹੀਦਾ। ਕਿਉਂ? ਕਿਉਂਕਿ ਕੱਚਾ ਦੁੱਧ ਪੀਣ ਦੇ ਨਾਲ ਬ੍ਰਸੀਲੋਸਿਸ ਬਿਮਾਰੀ ਹੋ ਜਾਂਦੀ ਹੈ। ਪਹਿਲਾਂ ਤਾਂ ਆ ਚੇਤੇ ਕਰਨਾ ਬੜਾ ਔਖਾ ਵੀ ਮੈਨੂੰ ਹੋਈ ਕਿਹੜੀ ਬਿਮਾਰੀ ਹੈ ਬ੍ਰਸੀਲੋਸਿਸ। ਪਰ ਅੱਛਾ, ਤੇ ਇਸ ਬਿਮਾਰੀ ਦਾ ਕੀ? ਕਹਿੰਦੇ ਵੀ ਜੇ ਇਹ ਇਸ ਬਿਮਾਰੀ ਦਾ ਜਿਹੜਾ ਇਲਾਜ ਹੈ ਉਹ ਨਾ ਹੋਵੇ ਤੇ ਇਹ ਤੁਹਾਡੀ ਜ਼ਿੰਦਗੀ ਲਈ ਘਾਤਕ ਵੀ ਸਾਬਤ ਹੋ ਸਕਦਾ ਹੈ। ਗੱਲ ਇਹ ਆ ਬਈ ਦੁੱਧ ਪੀਣ ਦੇ ਨਾਲ ਨੁਕਸਾਨ ਹੋਣ ਦੀ ਖਬਰ ਤਾਂ ਮੈਂ ਪਹਿਲੀ ਵਾਰ ਤੁਹਾਡੇ ਕੋਲੋਂ ਸੁਣੀ ਹੈ। ਬਿਲਕੁਲ, ਕਹਿੰਦੇ ਦੁੱਧ ਨਾਲ, ਵੈਸੇ ਵੀ ਤੁਸੀਂ ਖੋਜਾਂ ਕਰਨ 'ਚ ਬਹੁਤ ਮਾਹਰ ਹੋ। ਮੈਂ ਇੱਕ ਦਿਨ ਵਿਗਿਆਨੀ ਬਣ ਜਾਣਾ ਮੈਨੂੰ ਲੱਗਦਾ। ਪਰ ਨਾ ਜਿਹੜੀ ਇਹ ਦੇਖੋ, ਇਹ ਵਿਗਿਆਨੀਆਂ ਨੇ ਕਿਹੜੀਆਂ ਗੱਲਾਂ ਨੂੰ ਮੁੱਖ ਰੱਖ ਕੇ ਇਹ ਖੁਲਾਸਾ ਕੀਤਾ, ਅਸੀਂ ਇਹ ਨਹੀਂ ਕਹਿੰਦੇ ਗਲਤ ਹੋਣਗੀਆਂ ਗੱਲਾਂ, ਪਰ ਨਾ ਜਿਹੜਾ ਸਮੇਂ ਦੇ ਨਾਲ ਮਨੁੱਖੀ ਢਾਂਚਾ, ਮਨੁੱਖੀ ਸੁਭਾਅ, ਮਨੁੱਖ ਦੇ ਅੰਗ, ਮਨੁੱਖ ਦੀ ਪਾਚਨ ਕਿਰਿਆ, ਉਹਦੇ ਵਿੱਚ ਬਹੁਤ ਸਾਰੀ ਤਬਦੀਲੀ ਆਈ ਹੈ। ਬਿਲਕੁਲ ਸਹੀ। ਠੀਕ ਹੈ, ਕੋਈ ਵੇਲਾ ਸੀਗਾ ਵੀ ਜਦੋਂ ਛੰਨਿਆਂ ਦੇ ਛੰਨੇ ਦੁੱਧ ਦੇ ਡਕਾਰ ਜਾਂਦੇ ਸੀ, ਦੇਸੀ ਘਿਓ ਦੇ ਪੀ ਜਾਂਦੇ ਸੀ, ਤੇ ਬਾਅਦ ਦੇ ਵਿੱਚ ਖੇਤ ਜਾ ਕੇ ਕਈ ਵਾਹੁੰਦੇ ਸੀ ਤਾਂ ਮੁੜਕੋ ਮੁੜਕੀ ਹੋ ਕੇ ਤੇ ਸਾਰਾ ਘਿਓ ਤਾਂ ਉੱਧਰ ਨਿਕਲ ਜਾਂਦਾ ਸੀ। ਹੁਣ ਸਾਡੇ ਜਿਹੜਾ ਸਰੀਰ ਆ ਨਾ, ਉਹ ਉਸ ਰੂਪ ਦੇ ਵਿੱਚ ਮੁੜਕੋ ਮੁੜਕੀ ਨਹੀਂ ਹੁੰਦਾ, ਉਹ ਕਿਰਤ ਨਹੀਂ ਹੋ ਰਹੀ। ਬਿਲਕੁਲ ਸਹੀ। ਜਿਹੜੀ ਮਿੱਟੀ ਨਾਲ ਮਿੱਟੀ ਹੋਣ ਵਾਲੀ ਗੱਲ ਹੈ, ਹੁਣ ਰਹਿ ਗਿਆ ਸਿਰ ਦਾ ਕੰਮ, ਅੱਗੇ ਸੀ ਪੂਰੇ ਸਰੀਰ ਦਾ ਕੰਮ। ਬਿਲਕੁਲ। ਇਸ ਕਰਕੇ ਮੇਰਾ ਖਿਆਲ ਆ ਵੀ ਹੋ ਸਕਦਾ ਵਿਗਿਆਨੀ ਸਾਹਿਬ ਵੀ ਠੀਕ ਹੋਣ ਆਪਣੀ ਥਾਂ ਦੇ ਉੱਤੇ, ਤੇ ਬਾਕੀ ਵਕਤ ਦੱਸੂਗਾ ਭਾਈ ਇਹਦੇ ਕੀ ਨੁਕਸਾਨ, ਕੀ ਲੱਛਣ, ਕੀ ਨਿਯਮ, ਕੀ ਪ੍ਰਾਪਤੀਆਂ ਸਾਹਮਣੇ ਆਉਣ। ਸਹੀ ਕਹਿ ਰਹੇ ਹੋ। ਹਰਮਨ ਜੀ, ਗੱਲ ਇਹ ਆ ਵੀ ਧਾਰਮਿਕ ਆਸਥਾ ਨਾ ਜਿਹੜੀ, ਹਾਂਜੀ, ਉਹਦੇ ਉੱਤੇ ਜਦੋਂ ਸੱਟ ਵੱਜਦੀ ਹੈ ਤਾਂ ਲੋਕਾਂ ਦੇ ਮਨਾਂ 'ਚ ਰੋਸ ਪੈਦਾ ਹੋਣਾ ਵੀ ਕੁਦਰਤੀ ਹੈ। ਬਿਲਕੁਲ। ਦੇਖੋ, ਹਰ ਬੰਦਾ ਆਪੋ ਆਪਣੇ ਧਰਮ ਦੇ ਨਾਲ ਜੁੜਿਆ,
ਅਸੀਂ ਕਿਸੇ ਧਰਮ ਨੂੰ ਮੰਨਦੇ ਹਾਂ ਜਾਂ ਨਹੀਂ ਮੰਨਦੇ, ਇਹ ਇੱਕ ਵੱਖਰਾ ਮੁੱਦਾ, ਇੱਕ ਵੱਖਰਾ ਮਸਲਾ। ਪਰ ਮੇਰਾ ਖਿਆਲ ਆ ਵੀ ਸਾਨੂੰ ਧਾਰਮਿਕ ਮਾਮਲਿਆਂ ਦੇ ਉੱਤੇ ਗਲਤ ਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਬਿਲਕੁਲ, ਕਿਉਂਕਿ ਹਰੇਕ ਦੀ ਆਪਣੀ ਆਸਥਾ, ਹਰੇਕ ਦੇ ਮੰਨਣ ਦਾ ਢੰਗ ਆਪਣਾ ਹੈ, ਹਰੇਕ ਦੀ ਆਪਣੀ ਨਿੱਜੀ ਜ਼ਿੰਦਗੀ ਹੈ, ਕੋਈ ਵੀ ਕੁਝ ਕਰ ਸਕਦਾ। ਪਰ ਨਾ ਹੁਣ ਇੱਕ ਖਬਰ ਆਈ ਆ ਪੰਜਾਬ ਦੇ ਵਿੱਚੋਂ ਹੀ ਆ, ਮਾਲਵੇ ਦੇ ਵਿੱਚੋਂ ਆਈ ਆ। ਠੀਕ ਹੈ ਜੀ। ਇੱਥੇ ਇੱਕ ਬੰਦੇ ਨੇ ਆਪਣੇ ਘਰ ਦੇ ਵਿੱਚ ਪਏ ਗੁਟਕਾ ਸਾਹਿਬ ਨੂੰ ਸਾੜਤਾ, ਅੱਗ ਲਾਤੀ। ਕਿਉਂ? ਕਿਉਂਕਿ ਉਹਦੇ ਘਰੇ 4 ਕੁੜੀਆਂ ਪਹਿਲਾਂ ਸੀ। ਅੱਛਾ। ਪੰਜਵੀਂ ਕੁੜੀ ਵੀ ਪੈਦਾ ਹੋ ਗਈ, ਇਸ ਕਰਕੇ ਗੁੱਸੇ ਦੇ ਵਿੱਚ ਬਹੁਤ ਸੀ, ਉਹਨੇ ਗੁਟਕਾ ਸਾਹਿਬ ਨੂੰ ਅੱਗ ਲਾਤੀ। ਨਹੀਂ ਪਰ ਇਹ ਕਿੰਨੀ ਗਲਤ ਗੱਲ ਆ, ਇਹ ਗਲਤ ਕਿੰਨੀ ਗੱਲ ਹੈ? ਇਹਦੇ ਵਿੱਚ ਉਹਦੀ ਵਹੁਟੀ ਦਾ ਕੀ ਕਸੂਰ, ਇਹਦੇ ਵਿੱਚ ਕੁਦਰਤ ਦਾ, ਧਰਮ ਦਾ ਕੀ ਕਸੂਰ, ਇਹਦੇ ਵਿੱਚ ਉਸ ਬੱਚੀ ਦਾ ਕੀ ਕਸੂਰ, ਇਹ ਸਾਰੀਆਂ ਗੱਲਾਂ ਮੈਂ ਅੱਗੇ ਗੱਲ ਕਰਦਾ ਹੁੰਦਾ ਨਾ, ਕਿ ਲੋਕਾਂ ਦੀ ਮਾਨਸਿਕਤਾ ਇਸ ਕਦਰ ਵਿਗੜ ਚੁੱਕੀ ਹੈ ਕਿ ਅਸੀਂ ਇਹ ਨਹੀਂ ਸੋਚਦੇ ਵੀ ਵਿਗਿਆਨਕ ਗੱਲਾਂ ਕੀ ਨੇ, ਅਸੀਂ ਇਹ ਨਹੀਂ ਸੋਚਦੇ ਵੀ ਚਲੋ ਜਿਹੜੀਆਂ ਕੁੜੀਆਂ ਨੇ ਇਹ ਕਿਹੜਾ ਮੁੰਡਿਆਂ ਨਾਲੋਂ ਘੱਟ ਨੇ। ਪਹਿਲੀ ਗੱਲ ਤਾਂ ਇਹ ਆ ਵੀ ਮੈਂ ਸੋਚਦਾ ਵੀ ਮੁੰਡੇ ਦੀ ਚਾਹਤ ਦੇ ਵਿੱਚ ਉਹਨੇ ਆਪਣਾ 5 ਬੱਚੇ ਆ ਜਿਹੜੇ ਉਹ ਹੋ ਗਏ। ਬਿਲਕੁਲ। ਤੇ ਜੇ ਅਸੀਂ ਇਹ ਸੋਚ ਗਏ ਵੀ ਭਾਈ ਸਾਡੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ, ਅਸੀਂ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ, ਤਾਂ ਬੱਚੇ ਤਾਂ 2 ਹੀ ਕਾਫੀ ਤੇ ਹੋਰਾਂ ਤੋਂ ਮਾਫੀ, ਇਹ ਵੀ ਗੱਲ ਸੋਚਣੀ ਚਾਹੀਦੀ ਆ। ਪਰ ਜਿਹੜੀ ਅਸੀਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦੇ ਹਾਂ, ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਦੀ ਸਾਹਮਣੇ ਆਉਂਦੀ ਖਬਰ, ਕਦੇ ਕਦੇ ਕੁਰਾਨ ਦੀ, ਕਦੇ ਗੀਤਾ ਦੀ, ਇਹਨਾਂ ਗੱਲਾਂ ਨੂੰ ਜਦੋਂ ਮੈਂ ਸੋਚਦਾ ਨਾ, ਸੱਚੀ ਮੁੱਚੀ ਗੱਚ ਭਰ ਆਉਂਦਾ ਵੀ ਸਾਡਾ ਪੰਜਾਬ ਆ ਨਾ ਜਿਹੜਾ, ਉਹਨੂੰ ਕਈ ਲੋਕ ਜਿਹੜੇ ਸ਼ਰਾਰਤੀ ਆ ਫਿਰ ਲਾਂਬੂ ਲਾਉਣ ਨੂੰ ਫਿਰਦੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਬਾਕੀ ਚੱਕਰ ਇਹ ਹੁੰਦਾ ਜੀ, ਇੱਕ ਜਿਹੜੀ ਸਿੱਧੀ ਤੇ ਸਾਫ਼ ਸਪਸ਼ਟ ਗੱਲ ਆ ਉਹ ਇਹ ਹੈ ਕਿ ਹਰੇਕ ਬੱਚਾ ਆਪਣੀ ਕਿਸਮਤ ਨਾਲ ਲੈ ਕੇ ਪੈਦਾ ਹੁੰਦਾ। ਆਪਾਂ ਨੂੰ ਨਹੀਂ ਪਤਾ ਆਪਾਂ ਕਿਹਦੇ ਪੈਰਾਂ ਪਿੱਛੇ ਖਾ ਰਹੇ ਹਾਂ ਤੇ ਕਿਹਦੇ ਪੈਰਾਂ ਪਿੱਛੇ ਜੀ ਰਹੇ ਹਾਂ, ਕਿਹਦੇ ਕਰਕੇ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਤਰੱਕੀ ਕਰ ਰਹੇ ਹਾਂ। ਸੋ ਮੈਨੂੰ ਇਹ ਲੱਗਦਾ ਹੁੰਦਾ ਕੁਦਰਤ ਜੋ ਵੀ ਕਰਦੀ ਹੈ, ਪਰਮਾਤਮਾ ਜੋ ਵੀ ਕਰਦੀ ਹੈ, ਉਹ ਹਮੇਸ਼ਾ ਇਨਸਾਨ ਦੇ ਭਲੇ ਲਈ ਕਰਦੀ ਹੈ। ਚਾਹੇ ਉਹ ਇਨਸਾਨ ਪਹਿਲਾਂ ਸਮਝ ਜਾਵੇ ਤਾਂ ਵੀ ਵਧੀਆ, ਤੇ ਜੇ ਉਹਨੂੰ ਦੇਰੀ ਨਾਲ ਸਮਝ ਆਵੇ ਮਤਲਬ ਸਮਝ ਆਉਂਦੀ ਜ਼ਰੂਰ ਹੈ। ਸੋ ਇਸ ਲਈ ਹਮੇਸ਼ਾ ਕੁਦਰਤ ਦੇ ਨਾਲ ਕਦੇ ਵੀ ਮੈਨੂੰ ਲੱਗਦਾ ਵੀ ਕੋਈ ਪੰਗਾ ਨਹੀਂ ਲੈਣਾ ਚਾਹੀਦਾ, ਜੋ ਜਿਵੇਂ ਚੱਲ ਰਿਹਾ ਹੈ ਉਹਨੂੰ ਚੱਲਦੇ ਰਹਿਣ ਦਿੱਤਾ ਜਾਣਾ ਚਾਹੀਦਾ। ਬਾਕੀ ਚਲੋ ਫਿਲਹਾਲ ਹੁਣ ਸਾਡੇ ਵੀ ਚੱਲਣ ਦੀ ਵਾਰੀ ਆ ਗਈ ਹੈ ਜੀ, ਸਾਨੂੰ ਹੁਣ ਜਾਣਾ ਪਏਗਾ। ਕੱਲ੍ਹ ਨੂੰ ਫਿਰ ਤੁਹਾਡੇ ਨਾਲ ਮੁਲਾਕਾਤਾਂ ਹੋਣਗੀਆਂ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।